ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ ਗੱਲਬਾਤ ਦਾ ਵਿਸ਼ਾ ਜਿਹੜਾ ਆ ਕਿਉਂਕਿ ਮਸਲਾ ਜਦੋਂ ਪੰਜਾਬ ਦਾ ਜਾਂ ਪੰਜਾਬੀਅਤ ਦਾ ਆਉਂਦਾ ਜਦੋਂ ਸਿਹਤ ਨਾਲ ਖਿਲਵਾੜ ਦਾ ਆਉਂਦਾ ਜਦੋਂ ਇਹ ਆਉਂਦਾ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਤਬਾਹ ਕਰ ਰਹੇ ਹਾਂ ਤਾਂ ਬਹੁਤ ਅੰਕੜੇ ਇਹੋ ਜਿਹੇ ਨੇ ਜਿਹੜੇ ਹੈਰਾਨੀਜਨਕ ਹੁੰਦੇ ਨੇ ਜਿਹੜੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕਾ ਦਿੰਦੇ ਨੇ ਕਿ ਕਿਤੇ ਤੁਹਾਡੇ ਬੱਚੇ ਜਿਹੜੇ ਨੇ ਉਹ ਇਸ ਪਾਸੇ ਵੱਲ ਨੂੰ ਤਾਂ ਨਹੀਂ ਤੁਰ ਰਹੇ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਤੁਸੀਂ ਆਪਣਾ ਧਿਆਨ ਥੋੜਾ ਜਿਹਾ ਇਸ ਉੱਤੇ ਗੰਭੀਰਤਾ ਨਾਲ ਰੱਖਿਓ ਕਿ ਆਖਿਰਕਾਰ ਅਸੀਂ ਕਹਿਣਾ ਕੀ ਚਾਹੁੰਦੇ ਹਾਂ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਧੰਨਵਾਦ ਭੁਪਿੰਦਰ ਜੀ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੂਝਵਾਨ ਪਾਠਕ ਜਾਂ ਸਾਨੂੰ ਸੁਣਨ ਵਾਲੇ ਨੇ, ਮੇਰਾ ਖਿਆਲ ਹੈ ਉਹਨਾਂ ਅੱਗੇ ਅੱਜ ਰਜ਼ੋਈ ਹੈ ਕਿ ਆਪਣੇ ਬੱਚਿਆਂ ਦਾ ਤਾਂ ਖਿਆਲ ਰੱਖਣ ਹੀ, ਪਰ ਜੇ ਆਲੇ ਦੁਆਲੇ ਹੋਰ ਵੀ ਕਿਸੇ ਨੂੰ ਇਹ ਜਾਣਕਾਰੀ ਪਹੁੰਚਾ ਸਕਣ ਬੜੀ ਮਿਹਰਬਾਨੀ ਹੋਏਗੀ, ਕਿਉਂਕਿ ਪੰਜਾਬ ਦੇ ਬੱਚੇ ਜਿਸ ਰਾਹ ਤੁਰ ਪਏ ਨੇ, ਜੇ ਅੱਜ ਦਾ ਪ੍ਰੋਗਰਾਮ ਇੱਕ ਹਲੂਣਾ ਦੇਣ ਵਾਲਾ ਜੇ ਕਿ ਉਸਨੂੰ ਰੋਕਣ ਦੀ ਕਿੰਨੀ ਸਖਤੀ ਨਾਲ ਲੋੜ ਹੈ। ਜੀ ਮੈਮ, ਸਭ ਤੋਂ ਪਹਿਲਾ ਸਵਾਲ ਜਿਹੜਾ ਆਪਣੀ ਜਿਵੇਂ ਚਰਚਾ ਹੋਈ ਕਿ ਕੋਕੀਨ ਨੂੰ ਲੈ ਕੇ ਜਿਸ ਤਰ੍ਹਾਂ ਚਲੋ ਬਾਹਰਲੇ ਮੁਲਕਾਂ ਤੋਂ ਅਮਰੀਕਾ ਤੋਂ ਰਿਪੋਰਟਾਂ ਸਾਹਮਣੇ ਆਉਂਦੀਆਂ, ਇਹ ਹੁਣ ਪੰਜਾਬ 'ਚ ਵੀ ਦਸਤਕ ਦੇ ਚੁੱਕੀ ਹੈ ਕਿ ਨੌਜਵਾਨ ਜਿਹੜੇ ਨੇ ਆਪਣੇ ਅੰਦਰੂਨੀ ਅੰਗ ਗੁਪਤ ਅੰਗਾਂ ਦੇ ਵਿੱਚ ਇਹਨੂੰ ਲਾਉਂਦੇ ਨੇ, ਉਸ ਤੋਂ ਬਾਅਦ ਫਿਰ ਉਹਦੇ ਨਤੀਜੇ ਜਿਹੜੇ ਉਹ ਭੁਗਤਣੇ ਪੈ ਰਹੇ ਨੇ। ਆਲਰੇਡੀ ਸਾਡੇ ਇੱਥੇ ਚਿੱਟੇ ਦਾ ਪੂਰਾ ਕਹਿਰ ਹੈ, ਆਹ ਆਈਸ ਥੋੜੇ ਦਿਨ ਪਹਿਲਾਂ ਫੜੀ ਗਈ ਹੈ, ਇਹ ਵੀ ਇੱਕ ਡਰੱਗ ਆ ਜਿਹਦੇ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ, ਪਰ ਜਿਹੜੇ ਵਰਤਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਕਿਹੜਾ ਕਿਹੜਾ ਨਸ਼ਾ ਕਿੱਥੋਂ ਕਿਵੇਂ ਮਿਲ ਜਾਂਦਾ। ਬਿਲਕੁਲ ਠੀਕ ਹੈ, ਜਿਹੜੀ ਤੁਸੀਂ ਜ਼ਿਕਰ ਕੀਤਾ ਉਹ 35 ਸਾਲਾ ਨੌਜਵਾਨ ਹੈ ਜਿਹੜਾ ਅਮਰੀਕਨ ਕੇਸ ਰਿਪੋਰਟਸ ਦੇ ਵਿੱਚ ਉਹ ਦਰਜ ਹੋ ਗਿਆ ਕੇਸ, ਇਸ ਕਰਕੇ ਦਰਜ ਕੀਤਾ ਗਿਆ, ਨਾਲ ਇੱਕ ਵਾਰਨਿੰਗ ਜਾਰੀ ਕੀਤੀ ਗਈ ਕਿ ਡਾਕਟਰ ਦੁਨੀਆ ਭਰ ਦੇ ਸਮਝੋ ਇਹ ਵੀ ਇੱਕ ਵੱਖਰਾ ਢੰਗ ਸਾਹਮਣੇ ਆ ਚੁੱਕਿਆ ਜਿਸ ਨੂੰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ। ਉਹ ਢੰਗ ਇਹ ਸੀ ਕਿ ਨਸਾਂ ਸਾਰੀਆਂ ਬੰਦ ਹੋ ਜਾਣ ਕਾਰਨ, ਕਿਉਂਕਿ ਕੋਈ ਥਾਂ ਨਹੀਂ ਸੀ ਉਹਦੇ ਟੀਕਾ ਲਾਉਣ ਨੂੰ ਬਚੀ, ਤੋ ਉਸ 35 ਸਾਲਾ ਨੌਜਵਾਨ ਨੇ ਆਪਣੇ ਪੀਨਾਈਲ ਇੰਜੈਕਸ਼ਨ ਦੇ ਦਿੱਤਾ ਅੰਦਰੂਨੀ ਅੰਗ ਰਾਹੀਂ, ਜਿਸ ਨਾਲ ਉਹਦੇ ਅੰਦਰੂਨੀ ਅੰਗ ਤੇ ਆਸ ਪਾਸ ਦੇ 3 ਦਿਨ ਤੱਕ ਉਹ ਪੀੜ ਨਾਲ ਪਿਆ ਰਿਹਾ, ਬੇਹੋਸ਼ੀ ਸੀ ਕੁਛ ਨਸ਼ੇ ਦੀ, ਕੁਛ ਡਰੱਗ ਦੀ, ਕੋਕੀਨ ਜੋ ਉਹਨੇ ਲਾਈ ਸੀ। ਤੋ ਉਹਦੇ ਨਾਲ ਕਿਵੇਂ ਆਲਾ ਦੁਆਲਾ ਗਲ ਗਿਆ, ਸਾਰਾ ਮਾਸ ਕਾਲਾ ਪੈ ਗਿਆ, ਕਿਵੇਂ ਵੱਢਣ ਤੱਕ ਦੀ ਨੌਬਤ ਆ ਗਈ, ਐਮਰਜੈਂਸੀ ਚ ਜਦੋਂ ਰਿਪੋਰਟ ਕੀਤਾ ਕਿਵੇਂ ਪੂਰੀ ਐਮਰਜੈਂਸੀ ਚ ਬਦਬੂ ਨਾਲ ਉਸ ਥਾਂ ਤੇ ਪੂਰੀ ਭਰ ਗਈ। ਸੋ ਉਹਨਾਂ ਨੂੰ, ਡਾਕਟਰਾਂ ਨੂੰ ਅੰਦਾਜ਼ਾ ਵੀ ਨਹੀਂ ਸੀ, ਉਹਨਾਂ ਨੇ ਸੋਚਿਆ ਬੜੀ ਸੀਰੀਅਸ ਇਨਫੈਕਸ਼ਨ ਹੋਈ ਲੱਗਦੀ ਹੈ, ਪਰ ਜਦੋਂ ਅਲਟੀਮੇਟਲੀ ਕਾਰਨ ਦਿਸਿਆ ਕਿ ਇੱਕ ਸਿਰਿੰਜ ਦੀ ਉੱਥੇ ਸੂਈ ਦਾ ਨਿਸ਼ਾਨ ਸੀ, ਜਦੋਂ ਪੁੱਛਿਆ ਗਿਆ ਤੇ ਫਿਰ ਪਤਾ ਲੱਗਿਆ ਕਿ ਉਹਨੂੰ ਕੋਈ ਨਸ ਨਹੀਂ ਸੀ ਆਪਣੇ ਲੱਭ ਰਹੀ, ਸੋ ਕੋਕੀਨ ਉਹਨੇ ਇੱਥੋਂ ਦੀ ਲਾਈ, ਜਿਸ ਸਦਕਾ ਉਹ ਨਸ ਇਕਦਮ ਬੰਦ ਹੋਈ ਤੇ ਸਾਰਾ ਕੁਛ ਜੋ ਵਾਪਰਿਆ ਭਾਣਾ। ਤੇ ਉਹ ਕੇਸ ਰਿਪੋਰਟ ਕੀਤੀ ਗਈ ਕਿ ਭਾਈ ਇਹ ਵੀ ਇੱਕ ਢੰਗ ਸ਼ੁਰੂ ਹੋ ਗਿਆ ਜੇ, ਜਿਸ ਬਾਰੇ ਤੁਸੀਂ ਖਿਆਲ ਕਰਿਓ। ਡਾਕਟਰਾਂ ਨੂੰ ਵਾਰਨਿੰਗ ਦਿੱਤੀ ਵੀ ਜੇ ਨਹੀਂ ਪਤਾ ਤਾਂ ਆਹ ਵੀ ਜ਼ਰਾ ਚੈੱਕ ਕਰਿਆ ਕਰੋ ਇਸ ਏਰੀਆ ਤੇ ਵੀ। ਹੁਣ ਅੱਗੇ ਸੁਣੋ, ਮੈਨੂੰ ਅੰਦਾਜ਼ਾ ਨਹੀਂ ਸੀ ਉਸ ਸਮੇਂ ਤੱਕ ਕਿ ਇਹ ਚੀਜ਼ ਸਾਡੇ ਇੱਥੇ ਵਾਪਰ ਰਹੀ ਹੋਏਗੀ, ਜਦ ਤੱਕ ਕਿ ਇੱਕ ਨੈਸ਼ਨਲ ਟੀਵੀ ਵਿੱਚ ਵੀਡੀਓ ਰਾਹੀਂ ਬਠਿੰਡੇ ਲਾਗੇ ਅਜਿਹਾ ਹੁੰਦਾ ਜੋ ਮੁੰਡੇ ਦੋ ਆਪਸ ਵਿੱਚ ਕਰ ਰਹੇ ਸਨ, ਨੌਜਵਾਨ 20 ਵਰਿਆਂ ਦੇ, ਜਦੋਂ ਉਹ ਵੀਡੀਓ ਦਿਖਾਈ ਗਈ ਕਿ ਕਿਵੇਂ ਗੁਪਤ ਅੰਗਾਂ ਤੇ ਇੱਕ ਦੂਜੇ ਦੇ ਉਹ ਲਾਉਂਦੇ ਪਏ ਨੇ, ਉਹ ਵਾਕਈ ਦਿਲ ਕੰਬਾਊ ਸੀ ਕਿ ਇਹ ਸਾਡੇ ਪੰਜਾਬ ਵਿੱਚ ਸ਼ੁਰੂ ਹੋ ਚੁੱਕਿਆ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਜ਼ਰੂਰ ਦੱਸਣਾ ਚਾਹੁੰਦੀ ਹਾਂ, ਬਤੌਰ ਡਾਕਟਰ ਆਪਣੇ ਪੇਸ਼ੈਂਟਸ ਨੂੰ ਤਾਂ ਮੈਂ ਨਹੀਂ ਕਰ ਸਕਦੀ ਕਿ ਕਿਹਦੀ ਉਹਦੀ ਡਿਟੇਲ ਦੱਸਾਂ, ਪਰ ਸਾਡੇ ਕੋਲ ਕੇਸ ਨੇ ਜਿਸਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਦੀ ਜਾਣਕਾਰੀ ਅਵੇਲੇਬਲ ਹੈ, ਤੁਸੀਂ ਪੜ੍ਹ ਵੀ ਸਕਦੇ ਹੋ ਇੰਟਰਨੈਟ ਤੇ, ਵੋਦਕਾ ਟੈਂਪੂਨ। ਕੀ ਬਲਾ ਜੇ ਕਿ ਕੁੜੀਆਂ ਮਾਹਵਾਰੀ ਦੌਰਾਨ ਜਦੋਂ ਟੈਂਪੂਨ ਜਾਂ ਬਟਨ ਦੇ ਬਣੇ ਪਾਉਂਦੀਆਂ ਨੇ ਅੰਦਰ, ਉਹਨੂੰ ਡਬੋ ਕੇ ਵੋਦਕਾ ਦੇ ਵਿੱਚ ਪਾ ਲੈਂਦੀਆਂ ਨੇ, ਜਾਂ ਉਸੇ ਜਗ੍ਹਾ ਤੇ ਹੁਣ ਡਰੱਗਸ ਦੀ ਵਰਤੋਂ ਵੀ ਉਹਨਾਂ ਸ਼ੁਰੂ ਕਰ ਦਿੱਤੀ ਇਸ ਰਾਹੀਂ ਕਿ ਟੀਕੇ ਦਾ ਪਤਾ ਲੱਗ ਸਕਦਾ ਪਰ ਇਸ ਚੀਜ਼ ਦਾ ਪਤਾ ਨਹੀਂ ਲੱਗਣਾ। ਸੋ ਇਹ ਵੀ ਇੱਕ ਸਾਡੇ ਮੈਡੀਕਲ ਡਾਕਟਰਸ ਲਈ ਚੁਣੌਤੀ ਸਾਹਮਣੇ ਆ ਰਹੀ ਹੈ ਕਿ ਤੁਸੀਂ ਇਹੋ ਜਿਹੇ ਜੇ ਕੇਸ ਆਣ, ਕੋਈ ਇਸ ਤਰ੍ਹਾਂ ਦੀ ਬੇਹੋਸ਼ੀ ਨੂੰ ਦੌਰੇ ਨਾ ਸਮਝ ਲਇਓ, ਕਿਤੇ ਸੂਈ ਵੀ ਨਹੀਂ ਤੁਹਾਨੂੰ ਲੱਭਣੀ, ਕੁਛ ਵੀ ਨਹੀਂ ਲੱਭਣਾ, ਲੁੱਕ ਫਾਰ ਦੀਜ਼ ਏਰੀਆਜ਼, ਮਤਲਬ ਇਹ ਸਾਡੇ ਲਈ ਵਾਰਨਿੰਗ ਜਾਰੀ ਨੇ ਭਾਈ ਇਹ ਚੀਜ਼ਾਂ ਵੀ ਝਾਕੋ, ਇਹਨਾਂ ਦੀ ਵਰਤੋਂ ਹੋ ਰਹੀ ਹੈ। ਜੀ ਇਹ ਤਾਂ
ਜਿਹੜੀਆਂ ਸਾਨੂੰ ਡਰਾਉਣ ਵਾਲੀਆਂ ਗੱਲਾਂ ਸੀ ਕਿ ਡਾਕਟਰਾਂ ਨੂੰ ਵਾਰਨਿੰਗ ਦਿੱਤੀ ਇੱਕ ਹੋਰ ਅਹਿਮ ਨੁਕਤਾ ਕਿਉਂਕਿ ਆਨਲਾਈਨ ਇਸ ਵੇਲੇ ਬਹੁਤ ਜ਼ਿਆਦਾ ਸਾਡੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿੱਥੇ ਕਰੋਨਾ ਨੇ ਬਹੁਤ ਚੀਜ਼ਾਂ ਮਾੜੇ ਵਾਲੇ ਪਾਸੇ ਵੀ ਲੈ ਕੇ ਗਈਆਂ ਕੁਝ ਸਾਡੇ ਆਪਣੇ ਅੰਦਰ ਝਾਤ ਮਾਰਨ ਦਾ ਉਹਨੇ ਸਮਾਂ ਵੀ ਦਿੱਤਾ ਇੱਕ ਵੱਖ ਰਾਹ ਵੀ ਦਿਖਾਇਆ ਜ਼ਿੰਦਗੀ ਦਾ ਇੱਕ ਵੱਖ ਪਹਿਲੂ ਸਾਡੇ ਸਾਹਮਣੇ ਲਿਆ ਦਿੱਤਾ ਉੱਥੇ ਬੱਚਿਆਂ ਨੂੰ ਬਹੁਤ ਸਾਰਿਆਂ ਨੇ ਜ਼ਿਕਰ ਕੀਤਾ ਕਿ ਜਿੰਨੀ ਕੁ ਪੋਜ਼ਿਟਿਵਿਟੀ ਸੀ ਆਨਲਾਈਨ ਕਲਾਸਾਂ ਦੇ ਵਿੱਚ ਉੱਥੇ ਹੀ ਬੱਚਿਆਂ ਨੂੰ ਜਦੋਂ ਯੂਟਿਊਬ ਦੇ ਵਿੱਚ ਇੰਨਾ ਕੁ ਮਸਾਲਾ ਗਲਤ ਸ਼ਲਤ ਵੀ ਮਿਲ ਗਿਆ ਉਸ ਰਾਹ ਤੁਰੇ ਉਹਦੇ ਵਿੱਚ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਇੱਕ ਹੈਂਡ ਸੈਨੇਟਾਈਜ਼ਰ ਵਰਗੀ ਚੀਜ਼ ਬੱਚਿਆਂ ਨੇ ਪੀਣੀ ਸ਼ੁਰੂ ਕਰ ਦੇਣੀ ਜਾਂ ਕੀਬੋਰਡ ਕਲੀਨਰ ਇਹਨਾਂ ਦੇ ਪੀਣ ਦੇ ਕੇਸ ਆ ਚੁੱਕੇ ਨੇ ਜੋ ਇਹ ਚੀਜ਼ ਬੱਚਿਆਂ ਨੇ ਕੀਤੀ ਪਰ ਉਹਦੇ ਨਾਲੋ ਨਾਲ ਇੱਕ ਡਿਜੀਟਲ ਆਨਲਾਈਨ ਡਰੱਗ ਦੇਖੋ ਸੁਖਵਿੰਦਰ ਜੀ ਕੋਈ ਵੀ ਜਿਹੜੇ ਸੁਣ ਰਹੇ ਨੇ ਮੈਂ ਪਹਿਲਾਂ ਦੱਸ ਦਿਆਂ ਅਸੀਂ ਕਿਸੇ ਵੀ ਪਾਸਿਓ ਨਸ਼ੇ ਨੂੰ ਵਧਾ ਨਹੀਂ ਰਹੇ ਇੱਕ ਜਾਣਕਾਰੀ ਦੇ ਰਹੇ ਹਾਂ ਕਿ ਇਸ ਤਰੀਕੇ ਦੇ ਨਸ਼ੇ ਬੱਚੇ ਕਰ ਰਹੇ ਨੇ ਮਾਪਿਆਂ ਨੂੰ ਸ਼ਾਇਦ ਜਾਣਕਾਰੀ ਨਹੀਂ ਜੇ ਪਤਾ ਹੋਏਗਾ ਤਾਂ ਬਚਾ ਸਕਣਗੇ ਪਰ ਨਾ ਬੱਚੇ ਤਾਂ ਲੈ ਹੀ ਰਹੇ ਨੇ ਧੜਾ ਧੜ ਇਹਦੀ ਵਿਕਰੀ ਹੋ ਰਹੀ ਹੈ ਇਹ ਹੁੰਦੀ ਕੀ ਬਲਾ ਜੇ ਇਹਨੂੰ ਆਡੀਓ ਫਾਈਲਸ ਦਾ ਨਾਂ ਦਿੱਤਾ ਗਿਆ ਇਹ ਤਰੰਗਾਂ ਨੇ ਜਿਹੜੀਆਂ ਧੁਨੀਆਂ ਯਾਨੀ ਇੱਕ ਤਰੀਕੇ ਦੀਆਂ ਜਿਹੜੀਆਂ ਵਿਕਦੀਆਂ ਨੇ ਆਨਲਾਈਨ ਉਹ ਤੁਹਾਡੇ ਦਿਮਾਗ ਦੇ ਇੱਕ ਹਿੱਸੇ ਦੇ ਵਿੱਚ ਜਾ ਕੇ ਜਿਵੇਂ ਨਾਰਕੋਟਿਕ ਨਸ਼ਾ ਹੁੰਦਾ ਹੈ ਇਸ ਤਰ੍ਹਾਂ ਦੀ ਉਹ ਦਿਮਾਗ ਦੇ ਇੱਕ ਹਿੱਸੇ ਨੂੰ ਸਟਿਮੂਲੇਟ ਕਰ ਦਿੰਦੀਆਂ ਜਿਨ੍ਹਾਂ ਨੂੰ ਬੱਚਾ ਆਦੀ ਉਹਨਾਂ ਦੇ ਨਾਲ ਹੋ ਜਾਂਦਾ ਤੇ ਹੌਲੀ ਹੌਲੀ ਉਹ ਇੱਕ ਨਹੀਂ ਦੋ ਤਿੰਨ ਜਾਂ ਦਸ ਬਾਰਾਂ ਵਾਰ ਉਹ ਵਰਤਦਾ ਤੇ ਜਦੋਂ ਇਹਦੀ ਇਨਫੋਰਮੇਸ਼ਨ ਉੱਪਰ ਪਹੁੰਚ ਜਾਂਦੀ ਹੈ ਜਿਹਨਾਂ ਨੇ ਇਹ ਦਿੱਤੀਆਂ ਹੁੰਦੀਆਂ ਕਿ ਕਾਫੀ ਵਾਰ ਲੈ ਰਿਹਾ ਹੁਣ ਇਹਨੂੰ ਲੱਗ ਕੇ ਇਹਨੂੰ ਲਾਗ ਦੀ ਬਿਮਾਰੀ ਹੋ ਗਈ ਹੈ ਤਾਂ ਉਹ ਅੱਗੋਂ ਕੀ ਕਰਦੇ ਨੇ ਕਿ ਇਹਦੀਆਂ ਕਿਸੇ ਨਾ ਕਿਸੇ ਰਾਹੀਂ ਉੱਥੇ ਅਪਰੋਚ ਕੀਤੀ ਜਾਂਦੀ ਹੈ ਕਿ ਇਹ ਡਰੱਗ ਵੀ ਇਹਨੂੰ ਟਰਾਈ ਕਰ ਸੋ ਇਸ ਨੂੰ ਇਸ ਬਿਮਾਰੀ ਦਾ ਬਕਾਇਦਾ ਨਾਂ ਦੇ ਦਿੱਤਾ ਡਾਕਟਰਾਂ ਵੱਲੋਂ ਵਿਸ਼ਵ ਪੱਧਰ ਤੇ ਵੀ ਇਹਦੇ ਲਈ ਜਾਰੀ ਹੋਇਆ ਨਾਮ ਜਿਸ ਨੂੰ ਕਿ ਅਸੀਂ ਆਨਲਾਈਨ ਇੰਟਰਨੈਟ ਜਾਂ ਇੰਟਰਨੈਟ ਓਵਰਡੋਜ਼ਿੰਗ ਇਹਦਾ ਨਾਮ ਜੇ ਬਿਮਾਰੀ ਦਾ ਜਿਹਦੇ ਵਿੱਚ ਤਰੰਗਾਂ ਜੋ ਮੈਂ ਤੁਹਾਨੂੰ ਦੱਸਿਆ ਕਿ ਆਡੀਓ ਫਾਈਲਸ ਇਹਦੀਆਂ ਵਰਤੀਆਂ ਨੇ ਇਹਦਾ ਨਸ਼ੇ ਦਾ ਅਹਿਸਾਸ ਹੋ ਜਾਂਦਾ ਕਿ ਬੱਚਾ ਕਿਸੇ ਹੋਰ ਹੀ ਯਾਨੀ ਅਜੀਬ ਜੇ ਆਪਣੇ ਕਿਸੇ ਮਾਹੌਲ 'ਚ ਪਹੁੰਚਿਆ ਉਹ ਮਹਿਸੂਸ ਕਰਦਾ ਬੜਾ ਇਲੇਟਿਡ ਬੜਾ ਮਜ਼ਾ ਜਿਹਾ ਆ ਰਿਹਾ ਕਿ ਉਹ ਸਾਨੂੰ ਲੱਗਦਾ ਸ਼ਾਇਦ ਮਾਪਿਆਂ ਨੂੰ ਕਿ ਉਹ ਝੂਮ ਰਿਹਾ ਕੋਈ ਬੜੀ ਵਧੀਆ ਇਹਨੇ ਕੋਈ ਗੀਤ ਸੰਗੀਤ ਕੋਈ ਸ਼ਬਦ ਸੁਣ ਰਿਹਾ ਪਰ ਐਕਚੁਲੀ ਇਹ ਨਸ਼ੇ ਦੀਆਂ ਤਰੰਗਾਂ ਜੋ ਬੜੀ ਤੇਜ਼ੀ ਨਾਲ ਚੁਫੇਰੇ ਫੈਲ ਰਹੀਆਂ ਨੇ ਇਹਨਾਂ ਨੇ ਨਾਸ ਮਾਰਿਆ ਤੇ ਇਹੀ ਨੇ ਜਿਹੜੀਆਂ ਹੌਲੀ ਹੌਲੀ ਲੱਭ ਲੈਂਦੀਆਂ ਨੇ ਕੌਣ ਕੌਣ ਬੱਚਾ ਸ਼ਿਕਾਰ ਬਣਾਇਆ ਜਾ ਸਕਦਾ ਇਹਦੇ ਨਾਲ ਹੀ ਇੱਕ ਹੋਰ ਜਾਣਕਾਰੀ ਦੇ ਦਈਏ ਬਾਥ ਸਾਲਟ ਨਾਮ ਦਾ ਸਾਬਣ ਜੀ ਬਹੁਤ ਸਾਰੇ ਸ਼ਾਇਦ ਮਾਪੇ ਬੱਚਿਆਂ ਦੇ ਸਾਬਣ ਦਾ ਨਾਮ ਸੁਣ ਕੇ ਕਹਿ ਦੇਣਗੇ ਆਨਲਾਈਨ ਜੇ ਬੱਚੇ ਨੂੰ ਪਸੰਦ ਏ ਤੇ ਖਰੀਦ ਲਵੇ ਉਹਦੇ ਵਿੱਚ ਦੋ ਨੇ ਚੀਜ਼ਾਂ ਜਿਹਨਾਂ ਦੀ ਮੈਂ ਜਾਣਕਾਰੀ ਦੇ ਦਿਆਂ ਇਹ ਕਿਉਂਕਿ ਇਹ ਜਰਨਲ ਵਿੱਚ ਛਪ ਚੁੱਕਿਆ ਇੱਕ ਮੈਡੀਕਲ ਜਰਨਲ ਵਿੱਚ ਇਸੇ ਲਈ ਮੈਂ ਬਕਾਇਦਾ ਨਾਂ ਲਿਆ ਕਿ ਉਹਦੇ ਚ ਬਲਿਸ ਤੇ ਵਨੀਲਾ ਸਕਾਈ ਇਹ ਦੋ ਨੇ ਜਿਹੜੇ ਉਹਦੇ ਨਾਮ ਹੇਠ ਇਸ ਵੇਲੇ ਸਕੂਲੀ ਬੱਚਿਆਂ ਨੂੰ ਇਹ ਖਾਸ ਤੌਰ ਤੇ ਮੁਹੱਈਆ ਕਰਵਾਏ ਜਾਂਦੇ ਨੇ ਇਹਦੀ ਜਿਹੜੀ ਆਨਲਾਈਨ ਸ਼ੋਪਿੰਗ ਦੇ ਵਿੱਚ ਤੁਸੀਂ ਪਤਾ ਜੇ ਕਿੰਨੀ ਕੁ ਇਹਦੀ ਮਾਰਕੀਟਿੰਗ ਪਹੁੰਚੀ ਜੇ ਖਰਬਾਂ ਦੇ ਵਿੱਚ ਹੁਣ ਇਹ ਇਸ ਵੇਲੇ ਇਸ ਖਰੀਦਦਾਰੀ ਵਿੱਚ ਮਾਪਿਆਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਕਿਵੇਂ ਉਹ ਇੱਕ ਇਹਦੇ ਵਿੱਚ ਐਂਫੈਟਾਮੀਨ ਵਰਗੀ ਚੀਜ਼ ਪਾਈ ਹੁੰਦੀ ਜੇ ਕੈਮੀਕਲ ਜਿਨ੍ਹਾਂ ਨਾਲ ਕੁਝ ਚਿਰ ਲਈ ਬੱਚਾ ਉਹਦੇ ਨਾਲ ਜਦੋਂ ਨਹਾਉਂਦਾ ਉਹਨੂੰ ਨਸ਼ੇ ਜੇ ਵਾਂਗ ਮਹਿਸੂਸ ਹੁੰਦਾ ਉਹ ਹਰ ਵਾਰ ਕਹਿੰਦਾ ਇਹੀ ਸਾਬਣ ਲੈਣਾ ਇਸੇ ਤਰ੍ਹਾਂ ਇਸੇ ਹੀ ਵਰਤਣਾ ਇਹੀ ਕਰਨਾ ਸੋ ਤੁਸੀਂ ਸਮਝ ਲਓ ਕਿ ਕੀ ਢੰਗ ਤਰੀਕੇ ਇਸ ਵੇਲੇ ਅਜ਼ਮਾਏ ਜਾਣ ਲੱਗ ਪਏ ਉਹ ਤੁਸੀਂ ਹੱਸੋਗੇ ਜੇ ਮੈਂ ਦੱਸਾਂ ਕਿ ਕਿਤੇ ਮਸਾਲਿਆਂ ਦੀ ਵੀ ਵਰਤੋਂ ਹੋ ਸਕਦੀ ਹੈ ਪਰ ਸੱਚ ਜਾਣਿਓ ਜੈਫਲ ਜਿਹਦਾ ਸ਼ਾਇਦ ਸਾਡੀਆਂ ਦਾਦੀਆਂ ਨਾਨੀਆਂ ਜਾਂ ਮੈਂ ਆਪ ਵੀ ਕਈ ਪ੍ਰੋਗਰਾਮ ਕਰਕੇ ਉਹਦੇ ਫਾਇਦੇ ਦੱਸਦੀ ਸਾਂ ਤਾਂ ਮੈਨੂੰ ਉਦੋਂ ਨਹੀਂ ਸੀ ਅੰਦਾਜ਼ਾ ਜਦ ਤੱਕ ਅਸੀਂ ਕੇਸ ਰਿਪੋਰਟ ਸਾਹਮਣੇ ਨੇ ਆਈ ਕਿ ਇਹਨੂੰ ਘੋਲ ਕੇ
ਪੀਣ ਲੱਗ ਗਏ ਨੇ ਬੱਚੇ ਇਹਦੇ ਵਿੱਚ ਵੀ ਜੋ ਕੇਸ ਰਿਪੋਰਟ ਮੈਂ ਪੜ੍ਹ ਕੇ ਹੀ ਸੁਣਾਉਣਾ ਚਾਹੁੰਦੀ ਹਾਂ ਤਾਂ ਕਿ ਕਿਸੇ ਨੂੰ ਕੋਈ ਡਾਊਟ ਨਾ ਰਹਿ ਜਾਏ ਕਿ ਹੁੰਦਾ ਵੀ ਹੈ। ਉਹਨਾਂ ਨੇ ਜੋ ਕੇਸ ਰਿਪੋਰਟ ਡਾਕਟਰ ਨੇ ਕੀਤੀ ਉਹਨੇ ਕਿਹਾ ਮੈਂ ਜਦੋਂ ਇਹਦੀ ਡਿਟੇਲਡ ਲੱਭੀ ਜਿਹੜੇ ਜਿਹੜੇ ਬੱਚਿਆਂ ਨੇ ਪੀਤੀ ਸੀ ਉਹਨਾਂ ਦੀ ਤੇ ਉਹਨਾਂ ਦੇ ਸਰੀਰ ਅੰਦਰ ਇੱਕ ਮਾਇਰੋਸਿਸਟਿਨ ਵਧਿਆ ਹੋਇਆ ਲੱਭਿਆ, ਉੱਥੋਂ ਲੱਭਿਆ। ਫਿਰ ਅਖੀਰ ਵੀ ਇਹ ਕੀ ਲੈ ਰਹੇ ਸਨ ਤਾਂ ਜੈਫਲ ਟੈਸਟ ਕੀਤਾ ਗਿਆ, ਉਹਦੇ ਵਿੱਚ ਦੇਖਿਆ ਕਿ ਇਹਦੀ ਕਾਫੀ ਮਾਤਰਾ ਹੈ, ਜੋ ਕਿ ਜਦੋਂ ਮੈਂ ਹੁਣ ਜਾਣ ਕੇ ਨਹੀਂ ਦੱਸਦੀ ਕਿ ਕਿੰਨੀ ਮਾਤਰਾ ਤੋਂ ਵੱਧ ਲੈ ਲਈ ਜਾਵੇ ਤਾਂ ਉਹ ਬੱਚੇ ਇੱਕ ਹੋਰ ਹੀ ਅਵਸਥਾ ਚ ਪਹੁੰਚ ਜਾਂਦੇ ਸਨ ਕੁਛ ਯਾਨੀ ਪੌਣੇ ਕੁ ਘੰਟੇ ਲਈ, ਜਿਹੜਾ ਉਹ ਇਸ ਕਿਸਮ ਦੇ ਨਸ਼ੇ ਨੂੰ ਉਹ ਕਰਨ ਲੱਗ ਪਏ ਸਨ। ਹਾਲ ਇਹ ਸੀ, ਉਹਨਾਂ ਨੇ ਜ਼ਰਾ ਅੰਦਾਜ਼ਾ ਲਾਇਓ, ਉਹ ਕਹਿੰਦੇ ਜਿੰਨੇ ਵੀ ਉਹਨਾਂ ਨੇ 40-50 ਬੱਚਿਆਂ ਦੇ ਉੱਤੇ ਟੈਸਟ ਕੀਤਾ, ਉਹਨਾਂ ਚੋਂ ਇਹ ਸਾਰੇ ਸਨ ਜਿਹੜੇ ਸਕੂਲੀ ਬੱਚੇ। 35 ਬੱਚੇ ਉਹਨਾਂ ਨੂੰ ਅਜਿਹੇ ਲੱਭੇ ਜਿਹੜੇ ਉਤੇਜਨਾ ਦਾ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਨੇ ਭੱਦੀ ਛੇੜਛਾੜ ਵੀ ਕੀਤੀ ਆਪਣੀਆਂ ਹਾਨਣਾਂ ਨਾਲ ਸਕੂਲ 'ਚ, ਤੇ ਕੁਝ ਨੇ ਜਿਨ੍ਹਾਂ ਚੋਂ ਇੱਕ ਕੇਸ ਸ਼ਾਇਦ ਤੁਸੀਂ ਵੀ ਸੁਣਿਆ ਹੋਏਗਾ ਜੋ ਇੰਟਰਨੈਸ਼ਨਲ ਪੱਧਰ ਤੇ ਉਜਾਗਰ ਵੀ ਹੋਇਆ ਸੀ, 6ਵੀਂ ਜਮਾਤ ਦੇ ਬੱਚੇ ਨੇ, 5ਵੀਂ ਜਮਾਤ ਦੀ ਕਿ ਖਰੇ 3ਰੀ ਮੈਨੂੰ ਚੇਤੇ ਨਹੀਂ ਰਿਹਾ, ਬੱਚੀ ਦੇ ਨਾਲ ਜਿਸ ਤਰੀਕੇ ਦੀ ਉਹਦੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ, ਉਹ ਬੱਚੇ ਇਸ ਹੱਦ ਤੱਕ ਵੀ ਚਲੇ ਜਾਂਦੇ ਨੇ। ਮੈਂ ਮਾਤਰਾ ਨਹੀਂ ਦੱਸ ਰਹੀ ਪਰ ਇਹ ਕੇਸ ਰਿਪੋਰਟ ਹੋ ਚੁੱਕੇ ਨੇ। ਇੱਕ ਹੋਰ ਯੂਟਿਊਬ ਤੇ ਦਾਲ ਚੀਨੀ ਦਾ ਇਸ ਵੇਲੇ ਚੈਲੰਜ ਸ਼ੁਰੂ ਹੋ ਚੁੱਕਿਆ ਜੀ, ਬੱਚੇ ਨੇ ਦੁਨੀਆ ਭਰ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਜਿਹੜੇ ਇੱਕ ਦੂਜੇ ਤੇ ਇਹ ਚੈਲੰਜ ਥਰੋ ਕਰਦੇ ਨੇ, ਯਾਨੀ ਮਾਪਿਆਂ ਨੇ ਇਹ ਨਹੀਂ ਵੇਖਣਾ ਬੱਚਾ ਘਰੋਂ ਬਾਹਰ ਗਿਆ ਜਾਂ ਨਹੀਂ ਗਿਆ, ਘਰਾਂ ਦੇ ਵਿੱਚ ਬੈਠੇ ਇੱਕ ਖਾਸ ਮਾਤਰਾ ਦੇ ਨਾਲ ਪੀਸੀ ਹੋਈ ਦਾਲ ਚੀਨੀ ਨੂੰ ਉਹ ਇੱਕ ਮਿੰਟ ਵਿੱਚ, ਇਹ ਚੈਲੰਜ ਚੱਲ ਰਹੇ ਨੇ ਆਨਲਾਈਨ ਜਿਹਦੇ ਵਿੱਚ ਮੌਤ ਹੋਈ ਰਿਪੋਰਟ ਹੋਈ ਤਾਂ ਹੀ ਪਤਾ ਲੱਗਿਆ ਵੀ ਇਹ ਚੀਜ਼ ਚੱਲਦੀ ਪਈ ਹੈ। ਇਸ ਤਰ੍ਹਾਂ ਹੁੰਦਾ ਕਿ ਉਹ ਰੱਖ ਕੇ ਤੇ ਚੈਲੰਜ ਹੁੰਦਾ ਕਿ ਲਓ ਜੀ ਸਾਰੇ ਜਣੇ ਆ ਗਏ ਹੋ ਆਨਲਾਈਨ, ਹੁਣ ਇੱਕ ਮਿੰਟ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇੱਕਦਮ ਅੰਦਰ ਲੰਘਾਓ, ਸੋ ਉਹ ਗਲੇ 'ਚ ਫਸ ਜਾਣ ਕਾਰਨ ਜਿਹੜੇ ਇੱਕ ਬੱਚੇ ਦੀ ਐਮਰਜੈਂਸੀ 'ਚ ਮੌਤ ਹੋਈ ਤਾਂ ਇਹ ਗੱਲ ਪਤਾ ਲੱਗੀ ਕਿ ਇਹ ਵੀ ਆਨਲਾਈਨ ਚੀਜ਼ਾਂ ਚੱਲ ਰਹੀਆਂ ਨੇ। ਉਹਨਾਂ ਵਿੱਚ ਅਫਸੋਸ ਭਾਰਤ ਦੇ ਬੱਚੇ ਤਾਂ ਹਨ ਹੀ, ਪਰ ਜ਼ਿਕਰ ਕੀਤਾ ਜੇ ਕਿ ਪੰਜਾਬ ਤੇ ਹਰਿਆਣੇ ਦੇ ਬੱਚੇ ਵੀ ਸ਼ਾਮਲ ਨੇ। ਹੁਣ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਣ ਲੱਗੀ ਹਾਂ ਕਿ ਜਿਹੜੀਆਂ ਬੇਟੀਆਂ, ਜਿਵੇਂ ਮੈਂ ਦੱਸਿਆ ਸੀ ਕਿ ਬਹੁਤ ਘੱਟ ਟੈਂਪੋਨਸ ਯੂਜ਼ ਕਰਦੀਆਂ ਨੇ, ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਗਈਆਂ। ਉਹਨੇ ਇੰਟਰਵਿਊਜ਼ ਵਿੱਚ ਉਹਨਾਂ ਨੇ ਦੱਸਿਆ ਜਿਨ੍ਹਾਂ 'ਚੋਂ ਕੁਛ ਪੰਜਾਬ ਦੀਆਂ ਯੂਨੀਵਰਸਿਟੀ ਦੀਆਂ ਜਾਂ ਕਾਲਜ ਦੇ ਹੋਸਟਲ ਦੀਆਂ ਬੇਟੀਆਂ ਸ਼ਾਮਲ ਸੀ, ਜਿਨ੍ਹਾਂ ਦੇ ਫੇਸ ਬਲੈਕਆਊਟ ਕਰਕੇ ਇਹ ਇੰਟਰਵਿਊਜ਼ ਲਈਆਂ ਗਈਆਂ ਸੀ, ਕਿ ਜਿਨ੍ਹਾਂ ਨੇ ਕਿਹਾ ਅਸੀਂ ਇੱਕ ਮਿਸਡ ਕਾਲ ਵੀ ਮਾਰਦੀਆਂ ਤਾਂ ਸਾਨੂੰ ਡਰੱਗ ਪਹੁੰਚ ਜਾਂਦੀਆਂ ਨੇ। ਇਸ ਇਲਾਕੇ ਦੇ ਪੁਲਿਸ ਜਿਹੜੇ ਮਹਿਕਮੇ ਨਾਲ ਜੁੜੇ ਬੰਦੇ ਨੇ ਉਹਨਾਂ ਨੂੰ ਪਤਾ ਜੇ ਕੌਣ ਸਪਲਾਈ ਕਰਦਾ, ਉਹਨਾਂ ਦੇ ਨਾਲ ਕਈ ਵਾਰ ਇਹ ਡਰੱਗ ਸਪਲਾਈ ਕਰਨ ਵਾਲੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। ਉਹਨਾਂ ਚੋਂ ਇੱਕ ਦੀ ਇੰਟਰਵਿਊ ਦੇ ਕੁਛ ਹੋਰ ਅੰਸ਼ ਦੱਸ ਦਿੰਦੀ ਹਾਂ, ਜਿਹਨੇ ਕਿਹਾ ਕਿ ਸਾਨੂੰ ਜਦੋਂ ਪੂਰੀ ਤਰ੍ਹਾਂ ਇਹ ਲੱਤ ਲੱਗ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਵਰਤਿਆ ਜਾਂਦਾ, ਸਾਡਾ ਸਰੀਰਕ ਸ਼ੋਸ਼ਣ ਵੀ ਹੁੰਦਾ, ਸਾਨੂੰ ਡਰੱਗ ਸਪਲਾਈ ਕਰਨ ਲਈ ਵੀ ਕਿਹਾ ਜਾਂਦਾ, ਤੇ ਅਸੀਂ ਇਸ ਬੁਰੀ ਤਰੀਕੇ ਇਸ 'ਚ ਜਕੜੇ ਜਾਂਦੇ ਹਾਂ ਕਿ ਸਾਨੂੰ ਕੋਈ ਰਾਹ ਨਹੀਂ ਲੱਭਦਾ, ਜਿਸਦਾ ਕਿ ਕੁਝ ਹਿੱਸੇ ਤੁਸੀਂ ਜੋ ਬੇਟੀਆਂ ਲਈ ਖੁੱਲੇ ਨੇ ਜਾਂ ਔਰਤਾਂ ਲਈ ਖੁੱਲੇ ਨੇ ਨਸ਼ਾ ਛਡਾਊ ਕੇਂਦਰ, ਉਹਨਾਂ ਵਿੱਚ ਵੀ ਕੁਝ ਦੀਆਂ ਇੰਟਰਵਿਊਜ਼ ਇੱਕ ਨੈਸ਼ਨਲ ਡੇਲੀ 'ਚ ਛਪ ਚੁੱਕੀਆਂ ਨੇ ਸਾਡੀ, ਜਿਹਦੇ ਵਿੱਚ ਵੀ ਇਹ ਡਿਟੇਲ ਆਈ ਹੋਈ ਸੀ ਕਿ ਕਿਵੇਂ ਉਹਨਾਂ ਨੂੰ ਮਾਂ ਤੇ ਧੀ ਦੋਵੇਂ ਕਿਵੇਂ ਇਸੇ ਤਰ੍ਹਾਂ ਵਿੱਚ ਫਸਾ ਦਿੱਤੀਆਂ ਗਈਆਂ, ਦੋ ਭੈਣਾਂ ਸਨ ਜਿਹੜੀਆਂ ਫਸੀਆਂ। ਇਸੇ ਤਰ੍ਹਾਂ ਇਹ ਬਹੁਤ ਵੱਡੀ ਗਿਣਤੀ ਨੇ ਜਿਸ 'ਚ ਦੱਸਿਆ ਗਿਆ PGI ਰਿਪੋਰਟ ਚੰਡੀਗੜ੍ਹ ਦੀ, ਜੇ ਕਿ ਅਸੀਂ ਸਿਰਫ ਜ਼ਰਾ ਖਿਆਲ ਕਰਿਓ 1/4 ਜੋ ਕਿ ਲੱਖਾਂ ਦੀ ਗਿਣਤੀ 'ਚ ਨੇ ਬੇਟੀਆਂ, 1/4 ਸਿਰਫ ਕੇਸ ਰਿਪੋਰਟ ਹੋ ਰਹੇ ਨੇ, ਬਾਕੀ ਨਹੀਂ ਹੋ ਰਹੇ। ਸਿਰਫ ਉਹਨਾਂ ਤੋਂ ਹੀ ਪਤਾ ਲੱਗਦਾ ਕਿ ਸਾਡੀਆਂ ਸਹੇਲੀਆਂ ਦੇ ਗਰੁੱਪ ਨੇ ਜਿਨ੍ਹਾਂ ਵਿੱਚ ਇਹ ਚੱਲ ਰਿਹਾ, ਤੇ ਉਹ ਅਲਟੀਮੇਟਲੀ ਕਿਉਂਕਿ ਉਹਨਾਂ ਦੀ ਪਹੁੰਚ ਨਹੀਂ, ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੇਟਿਆਂ ਵਾਸਤੇ ਤਾਂ ਫਿਰ ਲੋਕ ਨਿਕਲ ਪੈਂਦੇ ਨੇ, ਬੇਟੀਆਂ ਨੂੰ
ਤੁਹਾਜੂ ਨਾਲ ਜਾਂ ਵੱਡੀ ਉਮਰ ਵਿੱਚ ਵਿਆਹ ਦੇਣ ਨਾਲ ਜਾਂ ਐਨਆਰਆਈਜ਼ ਦੇ ਨਾਲ ਵਿਆਹਣ ਦੇ ਚੱਕਰ ਵਿੱਚ ਇਹ ਗੱਲਾਂ ਦੱਬ ਲਈਆਂ ਜਾਂਦੀਆਂ ਨੇ, ਇੱਕਾ ਦੁੱਕਾ ਕੇਸ ਤਾਂ ਉਜਾਗਰ ਹੋ ਜਾਂਦੇ ਨੇ ਕਿ ਇਹ ਇਸ ਤਰ੍ਹਾਂ ਨਸ਼ਾ ਕਰਦੀ ਦਾ ਪਤਾ ਲੱਗਿਆ, ਵਿਆਹ ਟੁੱਟਿਆ। ਪਰ ਬਹੁਤ ਕੇਸ ਨੇ ਜਿੱਥੇ ਇਹ ਕੁੜੀਆਂ ਜਾਂ ਤਾਂ ਮਰ ਖੱਪ ਜਾਂਦੀਆਂ ਨੇ, ਦਫ਼ਨ ਹੋ ਜਾਂਦੀਆਂ ਨੇ, ਮਾਂ ਪਿਓ ਹੀ ਮਾਰ ਸੁੱਟਦੇ ਨੇ, ਪਰ ਗੱਲ ਬਾਹਰ ਨਹੀਂ ਨਿਕਲਦੀ। ਇਹ PGI ਦੀ ਰਿਪੋਰਟ ਹੈ ਜਿਹੜੀ ਦੱਸ ਰਹੀ ਹੈ, ਸਮਝ ਸਕਦੇ ਹੋ ਕਿੰਨੀ ਇਹ ਖਤਰਨਾਕ ਰੁਝਾਨ ਹੈ ਕਿ ਸਾਡੇ ਖੁੱਲੇ ਜ਼ਰੂਰ ਕੁੜੀਆਂ ਲਈ ਸੈਂਟਰ, ਪਰ ਉਹ ਕਿੰਨੇ ਕੁ ਕਾਮਯਾਬ ਨੇ, ਕਿਵੇਂ ਉੱਥੇ ਵੀ ਇਹਨਾਂ ਨੂੰ ਡਰੱਗਸ ਦੇ ਨਾਲ, ਕਿਵੇਂ ਜਿਹੜੀਆਂ ਹੋਰ ਲਾਈਆਂ ਵਿਊਪਰ ਨਫਰੋਨ ਦੇ ਕਿਵੇਂ ਆਦੀ ਬਣਾਇਆ ਜਾਂਦਾ, ਕਿਵੇਂ ਇਹਨਾਂ ਤੋਂ ਵੱਡੇ ਵੱਡੇ ਅਮਾਊਂਟ ਚ ਬਹੁਤ ਜ਼ਿਆਦਾ ਪੈਸਾ ਵੀ ਧਰਾਇਆ ਜਾਂਦਾ, ਕਿਵੇਂ ਮਿਸਯੂਜ਼ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਸਾਹਮਣੇ ਆ ਚੁੱਕੀਆਂ ਹੋਈਆਂ ਨੇ। ਇੱਕ ਹੋਰ ਵਾਰਨਿੰਗ ਜ਼ਰੂਰ ਦੱਸਦੇ ਹਾਂ, ਮੇਰਾ ਖਿਆਲ ਹੈ ਵਿਰਲਾ ਹੀ ਘਰ ਹੋਣਾ ਜਿੱਥੇ ਸੁੱਕੇ ਫੁੱਲ ਨਾ ਹੋਣ, ਤੇ ਉਹਨਾਂ ਚ ਪਾਉਣ ਵਾਲੀਆਂ ਅੱਜ ਕੱਲ੍ਹ ਵੱਖੋ ਵੱਖਰੀਆਂ ਸੁਗੰਧੀਆਂ ਮੌਜੂਦ ਨੇ। ਕਮਾਲ ਇਹ ਵੇਖੋ, ਇਹਨਾਂ ਵਿੱਚ ਜੋ ਸੁਗੰਧੀਆਂ ਦੇ ਤੇਲ ਇਸ ਵੇਲੇ ਪਾਏ ਜਾਂਦੇ ਨੇ, ਉਹਨਾਂ ਵਿੱਚੋਂ ਵੀ ਕੁੱਝ ਕਿਸਮਾਂ ਜੋ ਮੈਂ ਦੱਸਦਿਆਂ, ਜਿਹਨਾਂ ਚ ਇਹ ਹੁਣ ਰਿਪੋਰਟ ਹੀ ਜਿਹੜੀ ਮੈਂ ਤੁਹਾਨੂੰ ਰਿਪੋਰਟ ਪੜ੍ਹ ਕੇ ਦੱਸਣ ਲੱਗੀ ਹਾਂ, ਇਹ ਵੀ ਅਮੈਰੀਕਨ ਜਰਨਲ ਦੇ ਵਿੱਚ ਕਿਉਂਕਿ ਛਪ ਚੁੱਕੀ ਰਿਪੋਰਟ ਹੈ, ਇਸੇ ਕਰਕੇ ਉਹ ਕਹਿੰਦੇ ਨੇ ਕਿ ਜਿਹੜੇ ਤੁਸੀਂ ਕਮਰਿਆਂ ਨੂੰ ਮਹਿਕਾਉਣ ਲਈ ਸੁੱਕੇ ਫੁੱਲ ਰੱਖਦੇ ਹੋ, ਉਹਦੇ ਵਿੱਚ ਜੋ ਪਾਇਆ ਜਾਂਦਾ ਜੇ ਬੱਚੇ ਇਸ ਵੇਲੇ ਉਹਨੂੰ ਤੇਲ ਨੂੰ ਜਾਂ ਉਹ ਜਿਹੜਾ ਆਇਲ ਸਲੋ ਰਿਲੀਜ਼ਿੰਗ ਹੁੰਦਾ ਹੈ ਉਹਨੂੰ ਕਾਗਜ਼ ਦੇ ਵਿੱਚ ਰੱਖ ਕੇ ਸੁੰਘਣ ਲੱਗ ਪਏ ਨੇ, ਤੇ ਇਹੋ ਜਿਹੇ ਕੇਸਿਸ ਦੇ ਨਾਲ ਹੈਲਿਊਸੀਨੇਸ਼ਨਸ ਉਹਨਾਂ ਨੂੰ ਹੋਣ ਲੱਗ ਜਾਂਦੀਆਂ ਨੇ, ਐਂਡ ਉਹ ਯਾਨੀ ਕੁਛ ਇਸ ਤਰੀਕੇ ਦੀ ਉਹਨਾਂ ਦੀ ਹਾਲਾਤ ਪਹੁੰਚ ਜਾਂਦੇ ਨੇ ਜਿਵੇਂ ਡੂੰਘੇ ਨਸ਼ੇ ਵਿੱਚ ਹੋਣ, ਵੱਖਰੀ ਦੁਨੀਆ 'ਚ ਉਡਾਨ ਭਰ ਰਹੇ ਹੋਣ, ਤੇ ਉਹ ਧੜਕਣ 'ਚ ਕਾਫੀ ਗੜਬੜੀ ਵਾਲੇ ਨਾਲ ਕੇਸਿਸ ਨਾਲ ਜਦੋਂ ਦਾਖਲ ਹੋਏ ਤਾਂ ਪਤਾ ਲੱਗਿਆ ਕਿ ਇਹਨਾਂ ਨੇ ਇਹ ਚੀਜ਼ ਕੀਤੀ ਸੀ ਉਹਦੇ 'ਚ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਬੱਚੇ ਇਹਦੇ 'ਚ ਕਰ ਰਹੇ ਨੇ, ਇਹ ਰਿਪੋਰਟ ਹੀ ਦੱਸਦੀ ਜੇ ਕਿ ਜਦੋਂ ਉਹਨਾਂ ਦੇ ਪੇਰੈਂਟਸ ਦੀ ਇੰਟਰਵਿਊ ਲਈ ਗਈ ਮਾਪਿਆਂ ਦੀ, 98% ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਬੱਚੇ ਇਹ ਕਰ ਰਹੇ। ਇਸੇ ਲਈ ਇਹ ਵਾਰਨਿੰਗ ਜਾਰੀ ਕੀਤੀ ਗਈ ਕਿ ਭਾਈ ਤੁਸੀਂ ਤਾਂ ਆਪ ਮਹਿਕਾਉਣ ਲਈ ਕਮਰਾ ਲਿਆਏ ਹੋ ਸੁਗੰਧੀਆਂ, ਧਿਆਨ ਕਰਿਓ ਜਰਾ ਬੱਚਾ ਇਸ ਪਾਸੇ ਨਾ ਤੁਰ ਪਵੇ। ਹੁਣ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਦੀ ਹਾਂ, ਸ਼ਾਇਦ ਨਾ ਪਤਾ ਹੋਵੇ। AC ਤਾਂ ਮੇਰਾ ਖਿਆਲ ਹੈ ਅੱਜ ਕੱਲ੍ਹ ਕੋਈ ਜਿਹੜੇ ਕੁ ਸ਼ਾਇਦ ਇੰਨਾ ਕੁ ਲੈਣ ਜੋਗੇ ਹਾਲਤ ਵਿੱਚ ਹੋਣ, AC ਤੋਂ ਬਗੈਰ ਗੁਜ਼ਾਰਾ ਨਹੀਂ ਕਰਦੇ ਹੋਣ। ਹੁਣ ਜੌਨ ਹਾਪਕਿਨ ਮੈਡੀਕਲ ਸੈਂਟਰ ਦੇ, ਕੋਈ ਛੋਟਾ ਮੋਟਾ ਸੈਂਟਰ ਨਹੀਂ, ਜਿਹਦੇ ਤੁਸੀਂ ਜਾ ਕੇ ਉਹਨਾਂ ਦੇ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਕਿ ਉਹਨਾਂ ਨੇ ਵਾਰਨਿੰਗ ਕੀ ਜਾਰੀ ਕੀਤੀ ਹੈ ਕਿ ਦੁਨੀਆ ਭਰ ਦੇ, ਸੁਣ ਲਿਓ ਜ਼ਰਾ ਹੁਣ, ਦੁਨੀਆ ਭਰ ਦੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਗੈਸ ਭਰੀ ਜਾਂਦੀ ਹੈ, ਫ੍ਰੀ ਔਨ ਗੈਸ, ਜੋ AC ਦੇ ਵਿੱਚ ਜਦੋਂ ਕਹਿੰਦੇ ਹਾਂ ਲੀਕ ਹੋ ਗਈ। ਹੁਣ ਉਹ ਕਹਿ ਰਹੇ ਨੇ ਕਿ ਅਸੀਂ ਜੋ ਕੇਸ ਸਾਡੇ ਕੋਲ ਆ ਰਹੇ ਨੇ ਕਿ ਉਹ ਪੇਚਕਸਾਂ ਨਾਲ AC ਦੀ ਮਸ਼ੀਨ ਥੋੜੀ ਜਿਹੀ ਖੋਲ੍ਹ ਕੇ ਉਹਦੀ ਗੈਸ ਨੂੰ ਸੁੰਘ ਲੈਂਦੇ ਨੇ, ਜਿਹਦੇ ਨਾਲ ਹੌਲੀ ਹੌਲੀ ਉਹ ਗੈਸ ਲੀਕ ਹੋਣੀ ਸ਼ੁਰੂ ਹੋ ਜਾਂਦੀ। ਜੇ ਇਹੋ ਜਿਹੇ ਉਹਨਾਂ ਕੋਲ 35,000 ਕੇਸ ਰਿਪੋਰਟ ਹੋਏ ਕਿ ਬੱਚੇ ਇੱਕ ਤੋਂ ਦੂਜੇ ਤੋਂ ਤੀਜੇ, ਕੋਈ ਮੈਕਸੀਕੋ 'ਚ, ਕੋਈ ਕਿਤੇ, ਕੋਈ ਕਿਤੇ, ਅਲੱਗ ਅਲੱਗ ਮੁਲਕਾਂ ਵਿੱਚ ਆਨਲਾਈਨ ਇਨਫੋਰਮੇਸ਼ਨ ਦਿੰਦੇ, ਜਿਹਨਾਂ ਵਿੱਚ ਭਾਰਤ ਵੀ ਸ਼ਾਮਲ ਹੈ, ਜਿਹਨਾਂ ਵਿੱਚੋਂ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਨਾਰਦਰਨ ਇਲਾਕੇ ਵਿੱਚ ਇਹ ਕਾਫੀ ਵੱਧ ਵਰਤੋਂ ਹੈ। ਸੋ ਉਹਦੇ ਨਾਲ ਬੱਚਿਆਂ ਦੀ ਜ਼ਬਾਨ ਥਥਲਾਉਣ ਲੱਗ ਸਕਦੀ ਹੈ ਕੁਝ ਸਮੇਂ ਲਈ, ਚਮੜੀ, ਨੱਕ, ਮੂੰਹ ਦੀ ਪਰਤ ਜੇ ਤੁਹਾਨੂੰ ਦਿਖਦਾ, ਛਾਲੇ ਪੈਣ ਲੱਗ ਜਾਂਦੇ ਨੇ ਜਾਂ ਤੁਹਾਡੀ ਸੜ ਗਈ ਹੈ ਹਲਕੀ, ਇਹ ਨਾ ਸੋਚਿਓ ਕਿ ਕੋਈ ਦਵਾਈ ਤੇਜ਼ ਲੈ ਲਈ ਜਾਂ ਕੁਛ ਜੀ ਮਿਰਚਾਂ ਖਾ ਲਈਆਂ। ਖਿਆਲ ਕਰਿਓ ਜੇ ਤੁਹਾਡਾ 7ਵੇਂ ਦਿਨੀ ਜਾਂ 15ਵੇਂ ਦਿਨੀ AC ਦੀ ਗੈਸ ਲੀਕ ਹੁੰਦੀ ਪਈ ਜੇ, ਤਾਂ ਇਹ ਪਾਸਾ ਵੀ ਇੱਕ ਵੱਖ ਜੇ ਧਿਆਨ ਰੱਖਣ ਦੀ ਲੋੜ ਹੈ। ਯਾਨੀ ਇਹੋ ਇਹੋ ਜਿਹੇ ਨੁਕਤੇ ਜਿਹਨਾਂ ਵਿੱਚ ਪਹਿਲਾਂ ਤਾਂ ਅਸੀਂ ਕਾਲਜ ਵਿੱਚ ਸੁਣਿਆ ਕਰਦੇ ਸਾਂ ਜਦੋਂ ਅਸੀਂ ਪੜ੍ਹਦੇ ਸਾਂ ਕਿ ਆਇਓਡੈਕਸ ਲਾਉਂਦੇ ਨੇ, ਕਿਰਲੀਆਂ ਮਾਰ ਕੇ ਇਹ ਰੱਖ ਲੈਂਦੇ ਨੇ, ਜਰਾਬਾਂ ਯਾਨੀ ਹਫ਼ਤਾ ਹਫ਼ਤਾ ਪਾਈਆਂ, ਫਿਰ ਉਹਨਾਂ ਨੂੰ ਪਾਣੀ 'ਚ ਰੱਖ ਕੇ ਉਹ ਸੁੰਘ ਲਿਆ, ਪੈਟਰੋਲ ਸੁੰਘ ਲਿਆ, ਇਹ ਪੁਰਾਣੀਆਂ ਚੀਜ਼ਾਂ ਨੇ। ਹੁਣ ਇਸ ਵੇਲੇ ਜੋ ਇੱਕ ਹੋਰ ਕੇਸ ਜਿਹੜਾ ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਹੈ ਜੌਨ ਹਾਪਕਿਨਸ ਵਾਲਿਆਂ ਨੇ, ਕਹਿੰਦੇ ਨੇ ਇੱਕ ਵਿਪਿਟਸ ਨਸ਼ਾ ਜੇ। ਹੁਣ ਇਹ ਕੀ ਚੀਜ਼ ਜੇ ਉਹ ਵੀ ਦੱਸਦੇ ਹਾਂ ਕਿ ਇਹ ਕਰੀਮਾਂ ਤੋਂ ਜਿਹੜੇ ਬਣਾ ਲੈਂਦੇ ਨੇ ਕੁਛ ਬਾਥ ਕਰੀਮ ਜਾਂ ਇਹਨਾਂ ਦੇ ਵਿੱਚ ਜਾਂ ਸਪਰੇਅ ਦੇ ਵਿੱਚ, ਉਹਨਾਂ 'ਚ ਇਹ ਪਾ ਦਿੰਦੇ ਨੇ ਨਾਈਟਰਸ ਆਕਸਾਈਡ ਗੈਸ,
ਜੋ ਇਸ ਵੇਲੇ ਨਵੀਂ ਕਿਸਮ ਦਾ ਨਸ਼ਾ ਇਹ ਬੱਚੇ ਲੈਣ ਲੱਗ ਗਏ ਨੇ ਕਿ ਸਪਰੇ ਮਾਰ ਕੇ ਉਹ ਰੁਮਾਲ ਦੇ ਵਿੱਚ ਰੱਖ ਕੇ ਤੇ ਉਹਨੂੰ ਨਾਲ ਰੱਖ ਕੇ ਐ ਝੂਮਣ ਲੱਗ ਜਾਂਦੇ ਨੇ ਜੀ ਗਾਣਾ ਸੁਣ ਰਹੇ ਹਾਂ ਤੇ ਅਸੀਂ ਇਹ ਕਰ ਰਹੇ ਹਾਂ ਯਾਨੀ ਇਹ ਚੀਜ਼ ਵੀ ਆਨਲਾਈਨ ਵੀ ਅਵੇਲੇਬਲ ਜੇ ਤੇ ਬੱਚਿਆਂ ਨੂੰ ਇਹ ਦੱਸਿਆ ਵੀ ਜਾਂਦਾ ਕਿ ਖਾਸ ਕਿਸਮ ਦੀ ਜੇ ਇਹ ਲਓਗੇ ਤਾਂ ਇਹ ਵੀ ਤੁਹਾਨੂੰ ਨਸ਼ਾ ਕੁਛ ਚਿਰ ਲਈ ਦੇ ਸਕਦਾ ਮੈਂ ਸੁਖਵਿੰਦਰ ਜੀ ਬਹੁਤ ਵੱਡੀ ਗਿਣਤੀ ਇਹਨਾਂ ਚ ਬੱਚਿਆਂ ਦੀ ਜਿਨ੍ਹਾਂ ਦੀ ਗੱਲ ਕਰ ਰਹੀ ਹਾਂ ਇਹ 8ਵੀਂ ਤੋਂ 12ਵੀਂ ਤੱਕ ਦੇ ਨੇ ਖਿਆਲ ਰੱਖ ਲਿਓ ਜੇ ਕਿਉਂ ਹਰ ਮਾਪੇ ਰੋਂਦੇ ਚੀਕਦੇ ਕਿ ਅਸੀਂ ਬੱਚੇ ਇੱਥੇ ਨਹੀਂ ਰੱਖਣੇ ਆਮ ਬਹੁਤ ਕਈ ਸੂਝਵਾਨ ਵੀ ਇਹ ਸੋਚਦੇ ਨੇ ਨਸ਼ਾ ਕੋਈ ਵੱਡਾ ਪ੍ਰੋਬਲਮ ਕੋਈ ਨਹੀਂ ਹੈ ਬੇਸਿਕ ਜੀ ਰੁਜ਼ਗਾਰ ਦਾ ਹੀ ਹੈ ਕਿ ਰੁਜ਼ਗਾਰ ਨਹੀਂ ਤੇ ਬਾਹਰ ਜਾ ਰਹੇ ਨੇ ਜਾਂ ਗੈਂਗਸਟਰਸ ਵੱਲੋਂ ਜੀ ਰੌਲਾ ਪੈ ਗਿਆ ਉਹ ਜਾਨ ਬਚਾਉਣ ਲਈ ਜਾ ਰਹੇ ਨੇ ਪਰ ਇਹ ਗਿਣਤੀ ਜਿਹੜੇ ਮਾਪੇ ਜਿਨ੍ਹਾਂ ਨੂੰ ਪਤਾ ਲੱਗਦਾ ਜੇ ਇਹ ਚੀਜ਼ਾਂ ਵਾਪਰ ਰਹੀਆਂ ਉਹ ਕਿੰਨੀ ਵੱਡੀ ਦੇਖੋ ਗਿਣਤੀ ਹੋਣਗੇ ਜਿਹੜੇ ਧੱਕਦੇ ਹੋਣਗੇ ਕਿ ਸਾਡੇ ਬੱਚੇ ਨਸ਼ੇ ਤੇ ਅਸਰ ਹੇਠ ਨਾ ਆ ਜਾਣ ਜਿਸ ਤਰੀਕੇ ਦੀ ਗ੍ਰਿਫਤ ਇਹ ਪੰਜਾਬ ਵਿੱਚ ਨਸ਼ਿਆਂ ਨੇ ਆਪਣੇ ਜੋ ਜਾਲ ਫੈਲਾਇਆ ਇਹਦੇ ਵਿੱਚ ਸਿਰਫ ਇੱਕ ਸੋਚ ਸਕਦੇ ਹੋ ਤੁਸੀਂ ਇਹ ਜਾਣਕਾਰੀ ਤੋਂ ਬਾਅਦ ਕਿ ਅਸੀਂ ਜਦੋਂ ਸੁਣਦੇ ਹਾਂ ਆਈਸ ਦੇ ਟਰੱਕ ਭਰੇ ਲੱਭ ਗਏ ਜਾਂ ਫਲਾਣੀ ਥਾਂ ਤੇ 50 ਕਿਲੋ ਹੈਰੋਇਨ ਚੁੱਕ ਕੇ ਇੱਕ ਬੀਬੀ ਸੀਵਰੇਜ ਦੀ ਪਾਈਪ ਚੋਂ ਲੰਘਦੀ ਜਾਂਦੀ ਸੀ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਆਹ ਜਿਹੜਾ ਪੱਖ ਜਿਹੜੀ ਵੱਡੀ ਗਿਣਤੀ ਬੱਚੇ ਸ਼ੁਰੂ ਹੋ ਗਏ ਨੇ ਇਸ ਪਾਸੇ ਨੂੰ ਜਿਨ੍ਹਾਂ ਵਿੱਚ ਇਹ ਵੀ ਜ਼ਿਕਰ ਮਿਲਿਆ ਕਿ ਸਕੂਲੀ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਉਹਨਾਂ ਨੂੰ ਪੈਸੇ ਦੇ ਕੇ ਕਿ ਆਹ ਚੀਜ਼ ਉੱਥੋਂ ਤੇਰੇ ਤੋਂ ਬੰਦਾ ਲਏਗਾ ਉਹਨੂੰ ਫੜਾ ਦੇਈ ਉਹ ਬੱਚੇ ਭਰ ਕੇ ਲੈ ਜਾਂਦੇ ਨੇ ਜ਼ਰਾ ਅੰਦਾਜ਼ਾ ਲਾ ਉਹਨਾਂ ਨੂੰ ਪਤਾ ਵੀ ਨਹੀਂ ਤੀਜੀ ਚੌਥੀ ਦੇ ਬੱਚੇ ਨੂੰ ਕਿ ਮੈਨੂੰ ਕੀ ਫੜਾਇਆ ਗਿਆ ਤੇ ਕੀ ਮੈਂ ਅੱਗੇ ਦੇ ਦਿੱਤਾ ਪਰ ਉਹਦੇ ਵਿੱਚ ਇਹ ਪੱਖ ਜਿਹੜਾ ਸਾਨੂੰ ਹੈਰਾਨ ਕਰ ਦੇਣ ਵਾਲਾ ਜੇ ਕਿ ਕਿੱਥੇ ਸੁਗੰਧੀਆਂ ਵਾਲੇ ਫੁੱਲਾਂ ਤੋਂ ਲੈ ਕੇ ਕਿੱਥੇ ਕੀਬੋਰਡ ਕਲੀਨਰ ਤੇ ਕਿੱਥੇ ਆਨਲਾਈਨ ਜੋ ਸਾਡੀਆਂ ਡਰੱਗਸ ਧੁਨੀਆਂ ਤੱਕ ਵਿਕ ਰਹੀਆਂ ਹੋਣ ਜਿੱਥੇ ਅਸੀਂ ਏਸੀ ਜਾਂ ਤੁਸੀਂ ਛੱਡੋ ਕਿ ਇਹ ਟੈਂਪੋਨ ਜਾਂ ਹੁਣੇ ਅੰਦਰੂਨੀ ਅੰਗਾਂ ਵਿੱਚ ਤੱਕ ਪਹੁੰਚ ਜਾਣਾ ਜੋ ਕੇਸ ਸਾਡੇ ਸਾਹਮਣੇ ਪੰਜਾਬ ਵਿੱਚ ਆਉਣੇ ਸ਼ੁਰੂ ਹੋ ਜਾਣ ਤਾਂ ਕਿੱਥੇ ਕਿੱਥੇ ਕੰਮ ਕਰਨ ਦੀ ਲੋੜ ਹੈ ਇਹ ਸੁਖਵਿੰਦਰ ਜੀ ਸਾਡੀ ਮੈਨੂੰ ਤੇ ਲੱਗਦਾ ਕਿ ਇੰਨੀ ਕੀ ਬੇਨਤੀ ਜੇ ਕਿਤੇ ਹੀ ਸਾਡੀ ਇਹ ਸੁਣ ਲਈ ਜਾਏ ਕਿ ਤੁਸੀਂ ਕਈ ਆਨਲਾਈਨ ਜਦੋਂ ਸ਼ੁਰੂ ਕੀਤੀ ਜੇ ਪੜ੍ਹਾਈ ਉਹਦੇ ਜੇ ਆਹ ਪੱਖ ਹੁਣ ਨਜ਼ਰੀ ਆ ਗਏ ਨੇ ਤਾਂ ਕਿਰਪਾ ਕਰਕੇ ਛੱਡ ਕੇ ਵਾਪਸ ਸਕੂਲਾਂ ਵਿੱਚ ਲਿਜਾਇਆ ਜਾਵੇ ਜਿੱਥੇ ਖੇਡਾਂ ਦੇ ਪ੍ਰਤੀ ਤਾਂ ਬੱਚੇ ਇਹ ਸੁਰੱਖਿਅਤ ਸੁਚੇਤ ਹੋਣਗੇ ਸਿਹਤ ਪੱਖੋਂ ਵੀ ਉਹ ਠੀਕ ਹੋਣਗੇ ਪਰ ਆਹ ਸਾਰੇ ਮਾੜੇ ਕੰਮਾਂ ਤੋਂ ਬਚ ਜਾਣਗੇ ਸੋ ਜੇ ਅਸੀਂ ਓਨੀ ਛੋਟੀ ਉਮਰ ਦੇ ਬੱਚਿਆਂ ਨੂੰ ਜਿਨ੍ਹਾਂ ਵਿੱਚ ਬੱਚੇ ਆਪ ਬੰਨੇ ਨੇ ਆਨਲਾਈਨ ਦੀ ਅਸੀਂ ਇਹ ਚੀਜ਼ ਦੇਖ ਕੇ ਯੂਟਿਊਬ ਤੇ ਅਸੀਂ ਆਪਣੀ ਹੀ ਜਮਾਤਣ ਨਾਲ ਜਾਂ ਉਸ ਤੋਂ ਛੋਟੀ ਉਮਰ ਦੀ ਨਾਲ ਜਾਂ ਹੇਠਲੀ ਜਮਾਤ ਵਾਲੀ ਨਾਲ ਜੇ 6ਵੀਂ ਜਮਾਤ ਦਾ ਬੱਚਾ ਇਹ ਕਾਰਾਂ ਕਰਨ ਲੱਗ ਗਿਆ ਹੋਵੇ ਤਾਂ ਮਾਨਸਿਕ ਵਿਗਾੜ ਕਿਸ ਹੱਦ ਤੱਕ ਵਧਿਆ ਜ਼ਰਾ ਸੋਚ ਸਕਦੇ ਮੈਂ ਬਤੌਰ ਬੱਚਿਆਂ ਦੀ ਡਾਕਟਰ ਉਹ ਇਹ ਜਦੋਂ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਬੇਟੀ ਇਕਾਈ ਪਹਿਲਾਂ ਨਹੀਂ ਸੀ ਸਾਨੂੰ ਵੀ ਸਮਝ ਪਰ ਜਦੋਂ ਇਹ ਜਰਨਲਸ ਵਿੱਚ ਨਿਕਲਦੀਆਂ ਨੇ ਗੱਲਾਂ ਸਮਝ ਆਉਂਦੀ ਹੈ ਕਿ ਬੇਟੀ ਜੀ ਬਹੁਤ ਦਰਦ ਹੁੰਦੀ ਹੈ ਮਾਹਵਾਰੀ ਦੌਰਾਨ ਪਹਿਲੇ ਦਿਨ ਤਾਂ ਗੋਲੀਆਂ ਖਾ ਕੇ ਸੁੱਤੀ ਹੋਈ ਰਹਿੰਦੀ ਹੈ ਫੇਰ ਹੀ 2 ਦਿਨ ਬਾਅਦ ਇਹ ਠੀਕ ਹੁੰਦੀ ਹੈ ਉਹ ਸਾਨੂੰ ਹੁਣ ਜਦੋਂ ਪਤਾ ਲੱਗਿਆ ਹੁਣ ਜਦੋਂ ਪੁੱਛੀਦਾ ਤਾਂ ਸਮਝ ਆਉਂਦੀ ਹੈ ਕਿੰਨੀ ਵੱਡੀ ਗਿਣਤੀ ਬੇਟੀਆਂ ਨੇ ਜਿਹੜੀਆਂ ਇਸ ਪਾਸੇ ਨੂੰ ਤੁਰ ਰਹੀਆਂ ਨੇ ਕਿਵੇਂ ਇਹਨਾਂ ਵਿੱਚ ਸੈਟਰਡੇ ਨਾਈਟ ਪਾਰਟੀਜ਼ ਵਿੱਚ ਸਕੂਲਾਂ ਵਿੱਚ ਕਿਵੇਂ ਉਹ ਖਾਂਸੀ ਦੀਆਂ ਸ਼ੀਸ਼ੀਆਂ ਜਾਂ ਹੋਰ ਕੈਪਸੂਲ ਜਾਂ ਗੋਲੀਆਂ ਕਿਵੇਂ ਮੁਹੱਈਆ ਹੋ ਰਹੀਆਂ ਨੇ ਕੌਣ ਦੇ ਰਿਹਾ ਕਿੱਥੋਂ ਆ ਰਹੀਆਂ ਨੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਨੁਕਤਾ ਤਾਂ ਹੈ ਜਿਹੜਾ ਖਾਲੀ ਛੱਡਿਆ ਜਾ ਰਿਹਾ ਜਾਣ ਬੁੱਝ ਕੇ ਛੱਡਿਆ ਜਾ ਰਿਹਾ ਤੇ ਜੇ ਇਹ ਸਾਰੀ ਜਾਣਕਾਰੀ ਅਸੀਂ ਪਹੁੰਚਾ ਰਹੇ ਹਾਂ ਜੋ ਕਿ ਹੋ ਰਹੀ ਹੈ ਵਿਸ਼ਵ ਪੱਧਰ ਤੱਕ ਪਹੁੰਚ ਚੁੱਕੀ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਭਾਰਤ ਪਛਾਣ ਨਹੀਂ ਜਿਹਦੇ ਚ ਨਾਰਥ ਇੰਡੀਆ ਦਾ ਨਾਮ ਬਕਾਇਦਾ ਲਿਆ ਜਾਂਦਾ ਜੀ ਤੇ ਸਾਨੂੰ ਪਤਾ ਸਾਡੇ ਰੇਪ ਪਾਰਟੀਜ਼ ਹੋ ਰਹੀਆਂ ਨੇ ਸਭ ਨੂੰ ਪਤਾ ਪੰਜਾਬ ਵਿੱਚ ਕੋਈ ਲੁਕੀ ਗੱਲ ਨਹੀਂ ਨਿਰਵਸਤਰ ਬੇਟੀਆਂ ਅੱਧ ਰਾਤ ਨੂੰ ਕਿਵੇਂ ਬਾਹਰ ਸੜਕਾਂ ਤੇ ਲਿਟੀਆਂ ਸੀ ਇਹ ਖਬਰਾਂ ਛਪ ਗਈਆਂ ਇਹਨਾਂ ਦੀਆਂ ਵੀਡੀਓਜ਼ ਬਣ ਗਈਆਂ ਕਿਵੇਂ ਹੁੱਕਾ ਬਾਰਜ ਚੱਲ ਰਹੇ ਨੇ ਪਟਿਆਲੇ ਵਿੱਚ ਵੀ ਪਟਿਆਲੇ ਦੇ ਨੇੜਲੇ ਪਿੰਡਾਂ ਵਿੱਚ ਵੀ ਦੂਰ ਦੀ ਤਾਂ ਗੱਲ ਹੀ ਛੱਡੋ ਜਿੱਥੇ ਬੇਟੀਆਂ ਪਹੁੰਚ ਰਹੀਆਂ ਨੇ ਤਾਂ ਫਿਰ ਦੱਸੋ ਕਿਹੜੀ ਚੀਜ਼ ਕਿਸ ਤੋਂ ਲੁਕੀ ਹੋਈ ਹੈ ਕਿਸ ਤੋਂ ਲੁਕਾ ਰਹੇ ਪਰਦਾ ਪਾ ਕੇ ਅਸੀਂ ਅਲਟੀਮੇਟਲੀ ਕੀ ਇੱਕ ਬੰਬ ਫਾੜਨਾ ਕਿਉਂਕਿ ਹੇਠਲੀ ਪੱਧਰ ਤੇ ਇਹ ਨਸ਼ੇ ਦੀ ਸਿਖਰ ਆ ਚੁੱਕੀ ਹੈ
ਵਿਰਲਾ ਘਰ ਵਿਰਲਾ ਟਾਵਾਂ ਜਿਹੜਾ ਬਚਿਆ ਪਰ ਉਹਨਾਂ ਦੇ ਜੇ ਅੱਗੋਂ ਅਸੀਂ ਸਹੀ ਸੰਭਾਲ ਕਰ ਸਕੇ ਕਿਉਂਕਿ ਸਰਕਾਰਾਂ ਇਸ ਪ੍ਰਤੀ ਕਿੰਨੀਆਂ ਕੁ ਚਿੰਤਤ ਨੇ ਮੈਂ ਨਹੀਂ ਦੱਸ ਸਕਦੀ ਕਿਉਂਕਿ ਇਹ ਤਾਂ ਮੇਰਾ ਖਿਆਲ ਸੁਣਨ ਵਾਲੇ ਆਪ ਫੈਸਲਾ ਕਰਨ ਕਿ ਜੇ ਵਿਸ਼ਵ ਪੱਧਰ ਤੇ ਚੇਤਾਵਨੀਆਂ ਜਾਰੀ ਹੋ ਰਹੀਆਂ ਨੇ ਤਾਂ ਇਹ ਵੱਖਰੀ ਕਿਸਮ ਦੇ ਵੀ ਸਾਹਮਣੇ ਆ ਗਏ ਨਸ਼ੇ ਇਹਨਾਂ ਨੂੰ ਫੜੋ ਤਾਂ ਫਿਰ ਆਪਾਂ ਕਿੱਥੇ ਖੜੇ ਕੁਛ ਸੋਚਣ ਦੀ ਸਮਝਣ ਦੀ ਤੇ ਕੁਝ ਵਾਕਈ ਕਰਨ ਦੀ ਲੋੜ ਜੀ ਡਾਕਟਰ ਸਾਹਿਬ ਇੱਕ ਮੇਰੇ ਧਿਆਨ ਵਿੱਚ ਆ ਰਿਹਾ ਸੀ ਕਿ ਕਈ ਲੋਕ ਸੋਚਦੇ ਹੋਣੇ ਕਿ ਤੁਸੀਂ ਜਿਹੜੇ ਜਨਰਲ ਗਿਣਾ ਰਹੇ ਹੋ ਕਿ ਅਮਰੀਕਾ ਦੀ ਰਿਪੋਰਟ ਹੈ ਫਲਾਣੇ ਤਾਂ ਦੀ ਹੈ ਕਈਆਂ ਨੂੰ ਏਦਾਂ ਲੱਗਦਾ ਹੋਣਾ ਕਿ ਨਹੀਂ ਇਹ ਪੰਜਾਬ ਨੂੰ ਡਰਾਇਆ ਜਾ ਰਿਹਾ ਜਦਕਿ ਜਦੋਂ ਚਿੱਟਾ ਆਉਣਾ ਸੀ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁਣ ਪੱਛਮੀ ਸਭਿਅਤਾ ਇੱਥੇ ਆ ਗਈ ਆ ਤਾਂ ਲੋਕ ਕਹਿੰਦੇ ਨੇ ਕਿ ਹਾਂ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਹਰਲੇ ਮੁਲਕਾਂ ਵਾਲਾ ਹਾਲਾਤ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਵੀ ਪੈਦਾ ਹੋ ਜਾਣਗੇ ਖਾਸ ਕਰ ਪੰਜਾਬ ਦੇ ਵਿੱਚ ਕਿਉਂਕਿ ਪੰਜਾਬੀਆਂ ਨੂੰ ਬਹੁਤ ਜਿਹੜਾ ਇਸ ਗੱਲ ਦਾ ਉਤਸ਼ਾਹਤ ਰਹਿੰਦੇ ਨੇ ਕਿ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਵਸੀਏ ਮੇਰਾ ਇਹ ਨਾ ਆਖਰੀ ਸਵਾਲ ਹੈ ਕਿਉਂਕਿ ਤੁਸੀਂ ਤਕਰੀਬਨ ਸਾਰੀ ਸਮੱਸਿਆਵਾਂ ਦੀ ਦੱਸ ਦਿੱਤੀ ਹੈ ਕਿ ਆਹ ਸਮੱਸਿਆਵਾਂ ਨੇ ਪਰ ਮੈਂ ਚਾਹੁੰਦਾ ਕਿ ਅਸੀਂ ਉਸ ਮਾਹੌਲ ਦੀ ਗੱਲ ਕਰੀਏ ਜਿਹੜਾ ਮਾਹੌਲ ਨੌਜਵਾਨਾਂ ਨੂੰ ਲੜਕੇ ਲੜਕੀਆਂ ਨੂੰ ਕੁੜੀਆਂ ਮੁੰਡਿਆਂ ਨੂੰ ਮਿਲਦਾ ਆ ਜਿਹਦੇ ਕਰਕੇ ਉਹ ਇਸ ਪਾਸੇ ਵੱਲ ਨੂੰ ਪ੍ਰੇਰਿਤ ਹੁੰਦੇ ਨੇ ਕਈ ਤਾਂ ਚਲੋ ਹੈਗੇ ਨੇ ਟੌਪ ਕਰ ਜਾਂਦੇ ਨੇ ਪੜ੍ਹਾਈ ਦੇ ਵਿੱਚ ਚੰਗੇ ਨੰਬਰ ਲੈ ਜਾਂਦੇ ਨੇ ਵੱਡੇ ਰੁਤਬਿਆਂ ਤੇ ਬਹਿੰਦੇ ਨੇ ਇੱਕ ਤਾਂ ਮਾਹੌਲ ਦੀ ਗੱਲ ਹੈ ਇੱਕ ਦੂਜੀ ਗੱਲ ਇਹ ਹੈ ਕਿ ਤੁਸੀਂ ਕਿਹਾ ਕਿ ਫਿਰ ਉਹ ਵਿਦੇਸ਼ ਭੇਜਣ ਲਈ ਤਿਆਰ ਨੇ ਪਰ ਜਿਹੜੀਆਂ ਰਿਪੋਰਟਾਂ ਤੁਸੀਂ ਦੱਸ ਰਹੇ ਹੋ ਉਹ ਵੀ ਵਿਦੇਸ਼ ਦੀਆਂ ਹੀ ਨੇ ਉੱਥੇ ਕੋਕੀਨ ਹੈ ਉੱਥੇ ਸਾਡੇ ਇੱਥੋਂ ਵੀ ਗਾਂਹ ਦੇ ਨਸ਼ੇ ਨੇ ਉੱਥੇ ਖੁੱਲੇਆਮ ਵਰਤੋਂ ਹੁੰਦੀ ਹੈ ਉੱਥੇ ਗਨ ਕਲਚਰ ਬਹੁਤ ਹੈ ਤੇ ਫਿਰ ਕਿਸ ਤਰ੍ਹਾਂ ਤੁਸੀਂ ਪੀੜ੍ਹੀ ਨੂੰ ਬਚਾਉਣ ਦੀ ਗੱਲ ਕਰੋਗੇ ਬਿਲਕੁਲ ਮੈਂ ਇਸੇ ਲਈ ਦੱਸਣਾ ਚਾਹਿਆ ਸੀ ਕਿ ਆਮ ਤੌਰ ਤੇ ਗੱਲ ਹੁੰਦੀ ਹੈ ਕਿ ਵਿਦੇਸ਼ਾਂ ਵਿੱਚ ਨਹੀਂ ਪੰਜਾਬ ਵਿੱਚ ਇਹ ਹੈਗਾ ਤਾਂ ਵਿਦੇਸ਼ਾਂ ਨੂੰ ਦੌੜਦੇ ਨੇ ਉਹਨਾਂ ਮਾਪਿਆਂ ਨੂੰ ਹੀ ਦੱਸਣਾ ਚਾਹਿਆ ਸੀ ਕਿ ਭਾਈ ਵਿਦੇਸ਼ਾਂ ਵਿੱਚ ਇਸ ਤੋਂ ਕਈ ਗੁਣਾ ਵੱਧ ਜੇ ਮੈਂ ਇੱਕ ਦੁਬਾਰਾ ਸਪਸ਼ਟ ਕਰਦਿਆਂ ਸਾਰਿਆਂ ਲਈ ਗੱਲ ਕਿ ਜਿਹੜੇ ਮੈਂ ਕੇਸ ਦੱਸਣੇ ਸ਼ੁਰੂ ਕੀਤੇ ਨੇ ਪੰਜਾਬ ਦੇ ਹੀ ਦੱਸ ਰਹੀ ਹਾਂ ਵਿਸ਼ਵ ਪੱਧਰੀ ਚੇਤਾਵਨੀਆਂ ਜਾਰੀ ਹੋਈਆਂ ਸੀ ਉਸ ਤੋਂ ਬਾਅਦ ਹੀ ਅਸੀਂ ਧਿਆਨ ਕੀਤਾ PGI ਚੰਡੀਗੜ੍ਹ ਦੀ ਰਿਪੋਰਟ ਵੀ ਮੈਂ ਤੁਹਾਨੂੰ ਦੱਸੀ ਕਿ ਉਹ ਇੱਥੇ ਪੰਜਾਬ ਦੇ ਅੰਦਰ ਵਾਪਰਦੇ ਕਿੱਸੇ ਨੇ ਜਿਹੜੇ ਇਸ ਵੇਲੇ ਮੈਂ ਦੱਸ ਰਹੀ ਹਾਂ ਜਿਹਨਾਂ ਵਿੱਚ ਪੰਜਾਬੀ ਬੱਚੇ ਜੋ ਕਿ ਕਈ ਵਾਰ ਸਾਡੇ ਕੋਲ ਮੈਂ ਬਤੌਰ ਇੱਕ ਡਾਕਟਰ ਹੀ ਦੱਸ ਰਹੀ ਹਾਂ ਕਿ ਇਹੋ ਜਿਹੇ ਬੱਚੇ ਕਈ ਵਾਰ ਆ ਵੀ ਜਾਂਦੇ ਨੇ ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਪੁੱਛੀਦਾ ਤੇ ਭਾਈ ਕਿੰਨੀ ਦੇਰ ਇਹ ਤੁਹਾਡੇ ਕੋਲ ਖੜਾ ਹੋਇਆ ਤਾਂ ਕਈ ਵਾਰ ਮਾਪੇ ਹੀ ਦੱਸਣਗੇ ਇਹ ਕੀਬੋਰਡ ਕਲੀਨਰ ਖਰੇ ਕਿਉਂ ਹਰ ਹਫ਼ਤੇ ਮੁੱਕ ਜਾਂਦਾ ਅਸੀਂ ਤਾਂ ਖਰੇ ਟਣਾਂ ਦੇ ਹਿਸਾਬ ਨਾਲ ਲਿਆ ਕੇ ਧਰਤਾ ਦੱਸਣਾ ਪੈਂਦਾ ਵੀ ਭਾਜੀ ਇਹ ਕੀਬੋਰਡ ਕਲੀਨਰ ਪੱਚਾ ਤੁਹਾਡਾ ਸੁੰਘ ਕੇ ਵੀ ਖਤਮ ਕਰ ਰਿਹਾ ਜਾਂ ਪੀ ਕੇ ਮੁਕਾ ਰਿਹਾ ਜ਼ਰਾ ਕਿਹਦਾ ਧਿਆਨ ਰੱਖੋ ਸੋ ਉਹ ਚੀਜ਼ਾਂ ਨੇ ਜਿਹੜੀ ਹੁਣ ਜਿਵੇਂ ਮੈਂ ਦੱਸਿਆ ਸੜਨ ਦੀ ਜੋ ਆਉਂਦੀਆਂ ਨੇ ਕੇਸਿਸ ਇਹ ਪੀ ਜਾਂਦੇ ਨੇ ਜੋ ਹੈਂਡ ਸੈਨੇਟਾਈਜ਼ਰ ਇਸ ਵੇਲੇ ਸ਼ੁਰੂ ਕਰ ਦਿੱਤੇ ਨੇ ਬੱਚਿਆਂ ਨੇ ਇਹ ਬੱਚਿਆਂ ਦੇ ਕੇਸ ਪੰਜਾਬ ਦੇ ਹੀ ਦੱਸ ਰਹੀ ਹਾਂ ਸਾਰੇ ਹੋ ਰਹੇ ਨੇ ਸੋ ਆਪਾਂ ਇਹ ਨਾ ਸੋਚੀਏ ਕਿ ਮੈਂ ਸਿਰਫ ਤੁਹਾਨੂੰ ਦੱਸਿਆ ਤਾਂ ਸੀ ਉਹਨੂੰ ਕੇਸਿਸ ਇਹ ਕਹਿਣ ਲਈ ਕਿ ਇੱਥੇ ਤਾਂ ਹਾਨੀ ਪਰ ਵਿਸ਼ਵ ਪੱਧਰ ਤੇ ਵੀ ਵਾਰਨਿੰਗ ਸਾਨੂੰ ਡਾਕਟਰਾਂ ਨੂੰ ਹੀ ਜਾਰੀ ਕੀਤੀਆਂ ਤਾਂ ਸਾਨੂੰ ਪਤਾ ਲੱਗਿਆ ਵੀ ਆਹ ਵੀ ਚੀਜ਼ਾਂ ਪੁੱਛਣੀਆਂ ਸਹੀ ਵੇਖੋ ਤੁਹਾਡੇ ਇਲਾਕਿਆਂ ਵਿੱਚ ਇਹ ਚੀਜ਼ ਹੋ ਰਹੀ ਜੇ ਆਨਲਾਈਨ ਏਡੀ ਵੱਡੇ ਪੱਧਰ ਤੇ ਤਰੰਗਾਂ ਵਿਕ ਰਹੀਆਂ ਸੀ ਸੱਚ ਦੱਸ ਰਹੀ ਹਾਂ ਕਿ ਮੈਨੂੰ ਨਹੀਂ ਸੀ ਪਤਾ ਜਦ ਤੱਕ ਅਸੀਂ ਰਿਪੋਰਟ ਨਹੀਂ ਪੜ੍ਹੀ ਕਿ ਆਹ ਵੀ ਚੀਜ਼ ਹੁੰਦੀ ਹੈ ਫਿਰ ਸਮਝ ਆਈ ਕਿ ਅੱਛਾ ਜੀ ਬੱਚਾ ਮਿਊਜ਼ਿਕ ਨਹੀਂ ਸੁਣਦਾ ਜੇ ਤੁਹਾਡਾ ਬੱਚਾ ਜ਼ਿੱਦੀ ਲੜਾਕਾ ਪੜ੍ਹਾਈ ਤੋਂ ਉੱਖੜ ਰਿਹਾ ਹੈ ਨਹੀਂ ਧਿਆਨ ਦੇ ਰਿਹਾ ਬਿਲਕੁਲ ਆਖੇ ਨਹੀਂ ਲੱਗ ਰਿਹਾ ਦੋਸਤ ਉਹਦੇ ਟੁੱਟ ਰਹੇ ਨੇ ਪੁਰਾਣੇ ਪੱਕੇ ਦੋਸਤ ਘਰ ਵਾਲਿਆਂ ਤੋਂ ਵੱਖ ਰਹਿਣਾ ਸ਼ੁਰੂ ਹੋ ਗਿਆ ਜਾਂ ਤੁਹਾਨੂੰ ਲੱਗਦਾ ਕਿ ਉਹ ਦੇਰ ਰਾਤ ਬਾਹਰ ਰਹਿ ਰਿਹਾ ਤਾਂ ਇਹ ਚੀਜ਼ਾਂ ਦੱਸਦੀਆਂ ਨੇ ਕਿ ਹੋਰ ਕੁਝ ਵੀ ਨਹੀਂ ਲੈ ਰਿਹਾ ਤੇ ਆਨਲਾਈਨ ਡਰੱਗਸ ਵਾਲੇ ਪਾਸੇ ਨੂੰ ਜਾ ਰਿਹਾ ਜੇ ਜਾਂ ਸ਼ਾਇਦ ਜਿਵੇਂ ਮੈਂ ਦੱਸਿਆ ਕਿ ਇਹ ਪੰਜਾਬ ਦੀ ਗੱਲ ਜੇ ਕਿ ਵੋਦਕਾ ਟੈਂਪੂਨ ਜਾਂ ਉਸ ਰਾਹੀਂ ਜੇ ਬੇਟੀਆਂ 2 ਦਿਨ ਪਈਆਂ ਨੇ ਦਵਾਈ ਖਾ ਕੇ ਧਿਆਨ ਕਰਿਓ ਭਾਈ ਉਹ ਆਹ ਵੀ ਚੀਜ਼ ਚੱਲ ਰਹੀ ਹੈ ਸੋ ਇਹ ਪੰਜਾਬ ਦੇ ਨੇ ਬਾਹਰਲੇ ਨਹੀਂ ਇਸੇ ਲਈ ਵਾਰਨਿੰਗ ਸੀ ਵੀ ਭਾਈ ਜਾਗੋ ਮਾਪੇ ਆਪਣਾ ਧਿਆਨ ਰੱਖਣ ਬੱਚਿਆਂ ਦਾ ਤੇ ਸਰਕਾਰਾਂ ਹਿੱਲਣ ਕਿ ਕੱਲਾ ਆ ਨਹੀਂ ਪੜਨਾ ਮੈਡਮ ਮੈਂ ਜਿਵੇਂ ਗੱਲ ਕੀਤੀ ਸੀ ਕਿ ਮਾਹੌਲ ਕਿਹੜਾ ਕਿਹੋ ਜਿਹਾ ਮਾਹੌਲ ਹੈ ਜਿਹਦੇ ਵਿੱਚ ਬੱਚੇ ਇਸ ਪਾਸੇ ਵੱਲ ਨੂੰ ਤੁਰ ਪੈਂਦੇ ਨੇ ਜੀ ਬਿਲਕੁਲ ਬਹੁਤ ਅਹਿਮ ਗੱਲ ਹੈ ਤੇ ਮੇਰਾ ਖਿਆਲ ਇਹ ਸਾਰਾ ਇਹ ਖੇਂਦੂ ਬਿੰਦਰ ਇਹ ਬਿੰਦੂ ਕੇਂਦਰ ਇਹੀ ਹੋਣਾ ਚਾਹੀਦਾ ਕਿ ਜਦੋਂ ਅਸੀਂ ਮਾਪੇ ਆਪਣਾ ਰੋਲ ਛੱਡ ਦਿੰਦੇ ਹੈ ਨਾ ਕਿ ਮੇਰਾ ਬੱਚਾ ਮੇਰੇ ਅਧੀਨ ਸੁਰੱਖਿਅਤ ਹੈ ਤੂੰ ਪਰਵਾਹ ਨਾ ਕਰ ਬਾਹਰਲਾ ਕੋਈ ਤੈਨੂੰ ਕਿਵੇਂ ਝਿੜਕ ਦਊਗਾ ਮੈਂ ਬੈਠਾ ਨਾ ਤੈਨੂੰ ਕੋਈ ਬੋਲਦਾ ਹੀ ਕਿਵੇਂ ਹੈ ਜਾਂ ਇਹੋ ਜਿਹੀ ਗੱਲ ਕਿ ਅਸੀਂ ਤੈਨੂੰ ਇੱਕ ਐਸੇ ਪ੍ਰੋਟੈਕਟਿਡ ਮਾਹੌਲ 'ਚ ਰੱਖਿਆ ਹੈ ਜਿੱਥੇ ਬਾਹਰਲਾ ਤੈਨੂੰ ਉਂਗਲ ਵੀ ਨਹੀਂ ਲਾ ਸਕਦਾ ਪਰ ਵੱਡੀ ਗੱਲ ਕਿ ਸਾਡੇ ਕੋਲ ਸਮਾਂ ਨਹੀਂ ਹੈ ਪੈਸੇ ਲੈ
ਜਾਂ ਘੁੰਮ ਫਿਰ ਪਰ ਮੇਰੇ ਕੋਲ ਸਮਾਂ ਨਹੀਂ ਮੈਂ ਆਪਣਾ ਬਿਜ਼ਨਸ ਦੇਖਣਾ ਹੈ ਜਾਂ ਮੈਂ ਆਪਣਾ ਕੰਮ ਦਾ ਸਮਾਂ ਦੇਖਣਾ ਹੈ ਜਾਂ ਮੈਂ ਬਹੁਤ ਬਿਜ਼ੀ ਹਾਂ ਸੋ ਮੈਂ ਆਪਣਾ ਸਮਾਂ ਨਹੀਂ ਦੇ ਸਕਿਆ ਉਹ ਗੁੰਝਲਾਂ ਜਿਹੜੀਆਂ ਸੁਲਝਾਉਣੀਆਂ ਚਾਹੀਦੀਆਂ ਨੇ ਬੱਚਿਆਂ ਵੱਲੋਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਨੇ ਵੱਧਦੀ ਉਮਰ ਦੇ ਨਾਲ ਬਹੁਤ ਕੁਛ ਦੇਖਣ ਨੂੰ ਮਿਲਦਾ ਹੈ ਉਦੋਂ ਦੋਸਤੀ ਦੀ ਲੋੜ ਹੈ ਜਿਵੇਂ ਇੱਕ ਬੇਟੀ ਮਾਂ ਦੇ ਨਾਲ ਗੱਲ ਸਾਂਝੀ ਕਰਨਾ ਚਾਹੁੰਦੀ ਹੈ ਕਿ ਮਾਂ ਮੈਨੂੰ ਆਹ ਦੇਖ ਕੇ ਉਤੇਜਨਾ ਮਹਿਸੂਸ ਹੋਈ ਤੇ ਮਾਂ ਵੱਲੋਂ ਝਿੜਕ ਕੇ ਖਬਰਦਾਰ ਚੁੱਪ ਕਰ ਬੋਲਣਾ ਨਹੀਂ ਇਹ ਗਲਤ ਗੱਲ ਹੈ ਉਹੀ ਥਾਂ ਹੈ ਜਦੋਂ ਬੱਚੇ ਵਿਗੜਦੇ ਨੇ ਕਿ ਉਹ ਕਹਿੰਦੀ ਇੱਥੇ ਤਾਂ ਨਹੀਂ ਗੱਲ ਕਰਨੀ ਬਾਹਰ ਕਿਸੇ ਨਾਲ ਕਰਦੀ ਹੈ ਐਗਜੈਕਟਲੀ ਇੰਝ ਹੀ ਬੇਟਾ ਜੇ ਉਹ ਕੁਛ ਇਸ ਤਰ੍ਹਾਂ ਦੀ ਗੱਲ ਪੁੱਛਣਾ ਚਾਹੁੰਦਾ ਹੈ ਕਤੂਹਲ ਹੈ ਉਹਨੂੰ ਵੀ ਆਹ ਕੀ ਹੈ ਜਾਂ ਮੈਨੂੰ ਇਸ ਤਰ੍ਹਾਂ ਦੀ ਫੀਲਿੰਗਸ ਨਵੀਆਂ ਆ ਰਹੀਆਂ ਤਾਂ ਪਿਓ ਵੱਲੋਂ ਝਿੜਕਣਾ ਚੁੱਪ ਕਰ ਓਏ ਇਹ ਨਹੀਂ ਗੱਲ ਕਰਨੀ ਤਾਂ ਮਤਲਬ ਹੈ ਅਸੀਂ ਆਪ ਹੀ ਉਹਨੂੰ ਰਾਹ ਦਿਖਾਇਆ ਬਾਹਰ ਨੂੰ ਜਾ ਸੋ ਪਹਿਲੀ ਚੀਜ਼ ਤਾਂ ਘਰੋਂ ਸਪੋਰਟ ਨਾ ਮਿਲਣੀ ਦੂਸਰੀ ਚੀਜ਼ ਬੱਚਿਆਂ ਦਾ ਪੀਅਰ ਪ੍ਰੈਸ਼ਰ ਹੁੰਦਾ ਜੇ ਆਪਣੀ ਜਿਹੜੇ ਉਹਦੇ ਨਾਲ ਦੇ ਜਦੋਂ ਕਹਿੰਦੇ ਨੇ ਅੱਛਾ ਤੂੰ ਆਹ ਵੀ ਨਹੀਂ ਟਰਾਈ ਕੀਤਾ ਕਰਕੇ ਤਾਂ ਦੇਖ ਬਹੁਤ ਵੱਡੀ ਗਿਣਤੀ ਨੇ ਜਿਹੜੇ ਇਹ ਬੱਚੇ ਉਸ ਤਰੀਕੇ ਉਸ ਪਾਸੇ ਨੂੰ ਤੁਰਦੇ ਨੇ ਵੀ ਅੱਛਾ ਮੈਂ ਵੀ ਟਰਾਈ ਕਰਦਾ ਤੇ ਉਹ ਇੱਕੋ ਵਾਰ ਬਥੇਰੀ ਹੁੰਦੀ ਜੇ ਉਹਨੂੰ ਡੇਗਣ ਲਈ ਤੀਸਰੀ ਚੀਜ਼ ਅਸੀਂ ਉਹਨਾਂ ਨੂੰ ਇੱਕ ਰੇਸ ਵਿੱਚ ਸ਼ਾਮਲ ਕੀਤਾ ਤੂੰ ਪਹਿਲੇ ਨੰਬਰ ਤੇ ਆਉਣਾ ਤੂੰ ਦੂਜੇ ਤੇ ਆਉਣਾ ਖਬਰਦਾਰ ਇਸ ਤੋਂ ਥੱਲੇ ਆਇਆ ਭਾਵੇਂ ਮੈਂ ਸਿਫਾਰਿਸ਼ ਲਾ ਕੇ ਲਿਆਊਂਗਾ ਨਹੀਂ ਫਿਰ ਮਰ ਜਾ ਜਾਂ ਤੂੰ ਛੋਲਿਆਂ ਦੀ ਰੇੜੀ ਲਾ ਇਸ ਤਰ੍ਹਾਂ ਅਸੀਂ ਇੱਕ ਬੱਚੇ ਨੂੰ ਚੁਫੇਰਿਓਂ ਇੰਨਾ ਕੁ ਟੈਂਸ ਕਰ ਦਿੱਤਾ ਕਿ ਤੂੰ ਸਿਰਫ ਡਾਕਟਰ ਇੰਜੀਨੀਅਰ ਬਿਜ਼ਨਸਮੈਨ ਹੀ ਬਣ ਸਕਦਾ ਉਸ ਬੱਚੇ ਨੂੰ ਅਸੀਂ ਉਹਦਾ ਆਪਣਿਆਂ ਜੋ ਵਿਕਾਸ ਹੋਣਾ ਸੀ ਮਾਨਸਿਕ ਜਾਂ ਉਹਦੀ ਜੋ ਇੱਛਾ ਸੀ ਉਹ ਨਹੀਂ ਪੂਰੀ ਹੋਣ ਦਿੰਦੇ ਉਹ ਨਹੀਂ ਪ੍ਰੈਸ਼ਰ ਚੱਲ ਸਕਦਾ ਸੋ ਜਿਹੜੇ ਪਹਿਲੇ ਨੰਬਰ ਤੇ ਆਉਣ ਵਾਲੇ ਨੇ ਉਹ ਵੀ ਉਹਨੇ ਹੀ ਪ੍ਰੈਸ਼ਰ ਦੇ ਅੰਦਰ ਇਸ ਪਾਸੇ ਜਾਂਦੇ ਨੇ ਜਿੰਨੇ ਹੇਠਲੇ ਫੇਲ ਹੋ ਜਾਣ ਵਾਲੇ ਉਹ ਸਾਰੀ ਥਾਂ ਤੇ ਅਸੀਂ ਉਹਨਾਂ ਨੂੰ ਪ੍ਰੈਸ਼ਰ ਇੱਕ ਰੇਸ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਦਿੱਤਾ ਜਿੱਥੇ ਉਹ ਨਹੀਂ ਹਰ ਬੰਦਾ ਪਹਿਲੇ ਨੰਬਰ ਤੇ ਨਹੀਂ ਆ ਸਕਦਾ ਇੱਕ ਹੋਰ ਅਹਿਮ ਨੁਕਤਾ ਕਿ ਅਸੀਂ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਬਿਲਕੁਲ ਫੇਲ ਹੋਣ ਦਾ ਢੰਗ ਨਹੀਂ ਸਿਖਾਉਂਦੇ ਕਾਕਾ ਫੇਲ ਹੋ ਗਿਆ ਤਾਂ ਜ਼ਿੰਦਗੀ ਉਸ ਤੋਂ ਅੱਗੇ ਖੜੀ ਹੈ ਉਹ ਫੇਲੀਅਰ ਜਿਹੜਾ ਜ਼ਿੰਦਗੀ ਦਾ ਨਾ ਜਰ ਸਕਣਾ ਕਿਸੇ ਥਾਂ ਤੇ ਹੋਵੇ ਕਿ ਮੈਂ ਓਨਾ ਖੂਬਸੂਰਤ ਨਹੀਂ ਉਸ ਥਾਂ ਤੇ ਮੈਂ ਫੇਲ ਹੋਇਆ ਜਾਂ ਮੈਨੂੰ ਇਹ ਟਿੱਚਰ ਕਰ ਦਿੱਤੀ ਗਈ ਤੇਰੀ ਭੈਣ ਬੜੀ ਕਰੋਪੀ ਹੈ ਨਹੀਂ ਸੋਹਣੀ ਉਸ ਤੇ ਤੇਰੇ ਪਿਓ ਦੀ ਨੌਕਰੀ ਕਿੰਨੀ ਹਾਂ ਘੱਟ ਹੈ ਤੇਰੇ ਕੋਲ ਕਾਰ ਕਿੰਨੀ ਛੋਟੀ ਹੈ ਯਾਨੀ ਹਰ ਪਾਸਿਓਂ ਜਿਹੜੀ ਇੱਕ ਨੈਗੇਟਿਵ ਫੀਲਿੰਗ ਸਾਡੇ ਬੱਚਿਆਂ ਦੇ ਅੰਦਰ ਜਾ ਰਹੀ ਹੈ ਜਿਹਨਾਂ ਨੂੰ ਅਸੀਂ ਇੱਕ ਏਮ ਬਹੁਤ ਉੱਚਾ ਦੇਤਾ ਜਿਸ ਕਾਰਨ ਹੀ ਤੁਸੀਂ ਦੇਖਦੇ ਹੋਵੋਗੇ ਬਹੁਤ ਛੇਤੀ ਗੈਂਗਸਟਰਸ ਵੱਲ ਈਜ਼ੀ ਮਨੀ ਵੱਲ ਡਰੱਗਸ ਵੱਲ ਇਹ ਤਾਂ ਹੀ ਝੁਕਾ ਰੱਖਣ ਲੱਗ ਜਾਂਦੇ ਨੇ ਕਿ ਛੇਤੀ ਅਮੀਰ ਕਿਵੇਂ ਹੋਈ ਸਹਿਜ ਸੰਤੋਖ ਇਹ ਬਿਲਕੁਲ ਹੈ ਨਹੀਂ ਕਿਸੇ ਬੱਚੇ 'ਚ ਗਿਣ ਕੇ ਦੇਖ ਲਿਓ ਤੁਸੀਂ ਜਦੋਂ ਅਸੀਂ ਬਹੁਤ ਸਰਵੇਜ਼ ਕਰਕੇ ਦੇਖ ਲਏ ਇਹੋ ਜਿਹੀ ਚੀਜ਼ ਬੱਚਿਆਂ ਦੇ ਨੇੜੇ ਤੇੜੇ ਵੀ ਨਹੀਂ ਇਹੀ ਕਾਰਨ ਹੈ ਕਿ ਉਹ ਛੇਤੀ 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 ਜਿਹੜੀ ਦੌੜ ਦੇ ਵਿੱਚ ਉਹ ਹਮੇਸ਼ਾ ਇਸ ਪਾਸੇ ਵੱਲ ਨੂੰ ਤੱਕੇ ਛੇਤੀ ਜਾਂਦੇ ਨੇ ਪਰ ਇੱਕ ਆਖਰੀ ਨੁਕਤਾ ਜੋ ਬਹੁਤ ਹੀ ਅਹਿਮ ਹੈ ਕਿ ਸਾਡੇ ਮੀਡੀਆ ਦਾ ਰੋਲ ਜਿੱਥੇ ਅਸੀਂ ਉਜਾਗਰ ਕਰਦੇ ਹਾਂ ਇਸ ਤਰੀਕੇ ਦੇ ਨਸ਼ੇ ਦੇ ਸੌਦਾਗਰਾਂ ਦਾ ਫੜਿਆ ਜਾਣਾ ਉਹਦੇ ਕੋਲ ਇੰਨੇ ਪੈਸੇ ਉਹਦਾ ਘਰ ਦੇਖੋ ਕਿੱਡਾ ਵੱਡਾ ਵਾਈਟ ਹਾਊਸ ਬਣਿਆ ਪਿਆ ਉਹਦਾ ਇਹ ਜੀ ਏਡੀ ਏਡੀਆਂ ਕਾਰਾਂ ਇਹ ਚੀਜ਼ਾਂ ਬੱਚੇ ਨੂੰ ਭਰਮਾਉਂਦੀਆਂ ਨੇ ਜਦੋਂ ਉਹਨੂੰ 48 ਘੰਟੇ 72 ਘੰਟੇ ਇਹੀ ਚੀਜ਼ ਦਿਖੀ ਜਾਣੀ ਹੈ ਉਹਨੂੰ ਲੱਗਦਾ ਕਿ ਮੈਂ ਇੱਥੇ ਪੜ੍ਹ ਕੇ ਸਾਰੀ ਰਾਤ ਤੇਲ ਬਾਲ ਕੇ ਕੀ ਕਰਨਾ ਜਦੋਂ ਮੈਂ ਆਹ ਇੱਕ ਕੁੜੀ ਵੇਚ ਕੇ ਉੱਥੇ ਪਹੁੰਚ ਸਕਦਾ ਮੈਨੂੰ ਕੀ ਮਰਨ ਦੀ ਲੋੜ ਹੈ ਸਾਰਾ ਦਿਨ ਸੋ ਇਹ ਚੀਜ਼ ਕਿਤੇ ਅਸੀਂ ਭੁੱਲ ਨਾ ਜਾਈਏ ਇੱਕ ਸਮੁੱਚੇ ਸਮਾਜ ਨੂੰ ਤਬਦੀਲ ਹੋਣ ਦੀ ਲੋੜ ਹੈ ਘਰੋਂ ਮਾਪਿਆਂ ਨੂੰ ਸਕੂਲ 'ਚ ਟੀਚਰਾਂ ਨੂੰ ਇਸੇ ਤਰ੍ਹਾਂ ਕਾਲਜ ਵਿੱਚ ਇੱਕ ਸਹੀ ਸੇਧ ਦੇਣ ਵਾਲਾ ਹੀਰੋ ਤਿਆਰ ਕਰਕੇ ਦੇਣ ਨੂੰ ਤੇ ਅੰਤ ਵਿੱਚ ਮੀਡੀਆ ਵੱਲੋਂ ਇੱਕ ਪੋਜ਼ਿਟਿਵ ਰੋਲ ਜਿੱਥੇ ਇਹੋ ਜਿਹੀ ਪੋਜ਼ਿਟਿਵਿਟੀ ਨੂੰ ਵੀ ਜ਼ਰੂਰ ਥਾਂ ਦਿੱਤੀ ਜਾਵੇ ਜੀ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਸ਼ਿੰਦਰ ਕੌਰ ਮਸਲੇ ਬੇਹੱਦ ਗੰਭੀਰ ਨੇ ਜਦੋਂ ਸਾਡੇ ਸਮਾਜ ਨਾਲ ਜੁੜਦੇ ਨੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਤੋਂ ਤੁਸੀਂ ਮਤਲਬ ਕਿ ਕੰਨੀ ਨਹੀਂ ਕਤਰਾ ਸਕਦੇ ਕਿ ਤੁਹਾਡੇ ਆਲੇ ਦੁਆਲੇ ਤੁਹਾਡੇ ਬੱਚਿਆਂ ਵਿੱਚ ਕੀ ਵਾਪਰ ਰਿਹਾ ਮੁੜ ਕੇ ਫਿਰ ਲੋਕ 144 ਦੀਆਂ ਕਾਰਵਾਈਆਂ ਕਰਾ ਦਿੰਦੇ ਨੇ ਕਿ ਜੀ ਇਹ ਵੀ ਨਾ ਦੱਸੋ ਕਿ ਇਹਨੇ ਨਸ਼ਾ ਕੀਤਾ ਜੇ ਤੁਸੀਂ ਇਸ ਨੂੰ ਨਹੀਂ ਉਜਾਗਰ ਕਰੋਗੇ ਤਾਂ ਤੁਹਾਨੂੰ ਭੁਗਤਣਾ ਪਏਗਾ ਉਹਦਾ ਨਤੀਜਾ ਇਸ ਕਰਕੇ ਅਵੇਅਰ ਹੋਵੋ ਇਸ ਮਸਲੇ ਨੂੰ ਲੈ ਕੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ